शरीर स्वस्थ कीण समय शरीर स्वस्थ कीण समय सिमरंत नानक राम दमोदर माधवे मेल लहो दया
शस्त्र नस्यों अत हिरण पीतर शस्त्र नस्यों अत हिरण पीतर जुज मरो तो सच पति जे जुज मरो सदा जगमाए माए संत सहाय सदा संत सहाय सदा जगमाए संत सहाय सदा जगमाए संत सहाय सदा जगमाए कृपा कर श्याम एह बर दीजे कृपा कर श्याम एह बर दीजे मेरी अबै बिनती सुन लीजे मेरी अबै बिनती सुन लीजे हे रब हे सस करुणानंद हे रब हे सस करुणानंद मेरी अबै बिन
जाको हर रंग लगो इस जुग में, सो कहियत है सूरा सो कहियत है सूरा। जाको हर रंग लगो इस जुग में, जाको हर रंग लगो इस जुग में, जाको हर रंग लगो इस जुग में। सो कहियत है सूरा सो कहियत है सूरा सो कहियत है सूरा सो कहियत है सूरा। जाको हर रंग लगो इस जुग में, जाको हर रंग इस जग में।
ਸੂਰਾ
जब बाण लाग्यो तब रोस जाग्यो। करन ले कमाण हनन बाण तान जब बाण लाग्यो तब रोस जाग्यो। जब बाण लाग्यो तब रोस जाग्यो। करन ले जब बाण लाग्यो
ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡ ਔਰ ਦੂਜਾ ਕੌਣ ਧਿਆਈ ਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋਡਿਆ ਦੂਜਾ ਕੌਣ ਧਿਆਈ ਸੁਰਾਜ ਛੋੜ ਔਰ ਦੂਜਾ ਕੌਣ ਧਿਆਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਤਾਰੀ ਛਤਰੀ ਪਤ ਸੈਲ ਰੂਪ ਸੇਤਨਾ ਕਤਰ ਤਾਰੀ ਛਤਰੀ ਪਤ ਸੈਲ ਰੂਪ ਸੇਤਨਾ ਛੌਣੀ ਕਰ ਸਾਵਰ ਛਤਰੀ ਪਤ ਗਾਇਏ ਛੌਣੀ ਕਰ ਸਾਵਰ ਛਤਰੀ ਪਤ ਗਾਇਏ ਸੁਰਾਜ ਛੋਡ ਔਰ ਦੂਜਾ ਕੌਣ ਧਿਆਈਐ ਸੁਰਾਜ ਛੋਡ ਔਰ ਦੂਜਾ ਕੌਣ ਧਿਆਈਐ ਰਾਜਨ ਕੇ ਰਾਜਾ ਮਹਾਰਾਜ Thank you.
ਵਿਸਮਾਤ ਵਿਸਮਰ ਵੇਦਨਾਥ ਭਲਾ ਕਰ ਵਿਸਮਨਾਥ ਵਿਸਮਰ ਵੇਦਨਾਥ ਭਲਾ ਕਰ ਬਾਜੀਗਰ ਬਾਜੀਗਰ ਬਾਨ ਤਾਰੀ ਬੰਦਨ ਬਤਾਇਆ ਬੰਦਨ ਬਤਾਇਆ ਵਿਸਮਨਾਥ ਵਿਸਮਰ ਵੇਦਨਾਥ ਭਲਾ ਕਰ ਮਹਾਰਾਜ
ਤਨ ਜੀਓ ਤੇ ਕੋ ਜਗ ਮੈਂ ਮੁਕਤੇ ਹਰ ਚਿਤ ਮੈਂ ਜੁਦ ਵਿਚਾਰ ਤਨ ਜੀਓ ਦੇਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਤਨ ਜੀਓ ਦੇਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਦ ਵਿਚਾਰੈ ਜੋ ਉਜਿਆ
जब अब की ओद निधान बने अति हिरण में तब जूझ मरो हिरण में तब जूझ मरो
ਜਾਏ ਨਰੋ ਨਿਸ਼ਚੈ ਕਰ ਆਪਣੀ
गायो कोट जन्म के देख गवा जो चाहत सोई मन पायो कर कृपा हर नाम दिवायो सर्व सुख हर नाम बढ़ाई गुर प्रसाद नानक मत पाई सो पवन गुरु पाणी पिता माता धरत महत दिवस रात दे दाई दाया खेले सगल जगत जग आईया बुरियाईया बाटे धर्म ਬਹੁਤ ਹੀ ਸਤਿਕਾਰਯੋਗ ਧੰਨਤਾ ਦੇ ਯੋਗ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਚੰਗੀ ਸਿੰਘਾਂ ਪਾਸੋਂ ਦਮਦਮੀ ਟਕਸਾਲ ਦੇ ਹਜ਼ੂਰੀ ਰਾਗੀ ਜਥੇ ਭਾਈ ਰਣਜੀਤ ਸਿੰਘ ਪਾਸੋਂ ਮਨੋਹਰ ਕੀਰਤਨ ਸਰਵਣ ਕੀਤਾ ਸੰਗਤ ਨੂੰ ਬੇਨਤੀ ਕਰਾਂਗੇ ਸੰਗਤ ਜੀ ਲੰਗਰ 'ਚੋਂ ਹੁਣ ਹਾਜ਼ਰੇ ਘਟਾ ਕੇ ਦੀਵਾਨ 'ਚ ਪਹੁੰਚੋ ਮਹਾਂਪੁਰਖ ਪੁੱਜ ਚੁੱਕੇ ਨੇ ਸ਼ਬਦ ਵਿਚਾਰ ਗੁਰ ਇਤਿਹਾਸ ਗੁਰੂ ਦੀ ਅਸੀਸ ਗੁਰੂ ਦੀ ਵਡਿਆਈ ਇਹ ਸਭ ਸਮਾਂ ਪਹਿਲੇ ਪਹਿਲੇ ਨਹੀਂ ਰਿਹਾ ਜੋ ਲੰਗਰ ਛਕਣ ਦਾ ਸੀ ਹੁਣ ਸਮਾਂ ਇਹਨਾਂ ਕਾਰਜਾਂ ਦਾ ਮੈਂ ਪੁਰਜ਼ੋਰ ਪਿਆਰ ਸਤਿਕਾਰ ਹੱਥ ਜੋੜ ਕੇ ਬੇਨਤੀ ਕਰਾਂਗਾ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਕਿ ਜਿੰਨੀ ਸੰਗਤ ਲੰਗਰ 'ਚ ਹੈ ਆਲੇ ਦੁਆਲੇ ਖੜ੍ਹੀ ਹੈ ਗਲੀ 'ਚ ਗੁਰਦੁਆਰੇ ਦੀ ਹਦੂਦ ਵਿੱਚ ਉਹ ਪਹੁੰਚੀ ਆਪ ਜਾਣਦੇ ਹੋ ਅੱਜ ਦਾ ਇਹ ਦੀਵਾਨ ਦਾ ਪ੍ਰਸੰਗ ਕਾਲੇ ਦਿਨ 1984 ਦੇ ਤੀਸਰਾ ਘੱਲੂਘਾਰਾ ਉਸ ਵੇਲੇ ਦੀ ਸਰਕਾਰ ਦਾ ਜਬਰ ਜ਼ੁਲਮ ਦਮਦਮੀ ਟਕਸਾਲ ਦੇ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਵਰਸੋਈ ਟਕਸਾਲ ਹੈ ਦੇ ਚੌਦਵੇਂ ਮੁਖੀ ਯੁੱਗ ਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਸ਼੍ਰੋਮਣੀ ਸਿੰਘਾਂ ਦੇ ਸਾਥ ਵਿੱਚ ਅਤੇ ਸ਼ਹੀਦੀ ਗੁਰਪੁਰ ਮਨਾਰੀ ਸੰਗਤ ਦੇ ਸਾਥ ਵਿੱਚ ਉੱਥੇ ਸ਼ਹੀਦੀਆਂ ਪ੍ਰਾਪਤ ਕਰਕੇ 84 ਦੇ ਉਹ ਕਾਲੇ ਦਿਹਾੜੇ ਇਤਿਹਾਸ ਵਿੱਚ ਲਿਖੇ ਪਏ ਅੰਕਤ ਨੇ ਤੁਹਾਨੂੰ ਜਿੰਨਾ ਹੰਢਾਏ ਜਿੰਨਾ ਦੇਖੇ ਜਿੰਨਾ ਪੜ੍ਹੇ ਉਹ ਬਕਾਇਦਾ ਬਰਸੀ ਸੰਤ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਅੱਜ 17 ਸਾਲ ਹੋ ਗਿਆ ਕਿਸੇ ਨਾ ਕਿਸੇ ਰੂਪ 'ਚ ਉਦੋਂ ਤੋਂ ਮਨਾਉਂਦੀ ਆ ਰਹੀ ਹੈ ਟਕਸਾਲ ਪਰ ਪਿੰਡਾਂ 'ਚ ਦੀਵਾਨ ਸਜਾਉਣੇ ਆਪ ਜੀ ਦੀ ਬੇਨਤੀ ਕਬੂਲ ਕਰਕੇ ਮਹਾਂਪੁਰਖ ਇੱਥੇ ਪਹੁੰਚੇ ਨੇ
ਤੁਸੀਂ ਹੀ ਇਹ ਪ੍ਰੋਗਰਾਮ ਲਿਖੇ ਨੇ, ਤੁਹਾਡੇ ਹੀ ਪ੍ਰੋਗਰਾਮ ਨੇ। ਆਵੋ ਮੈਂ ਫਿਰ ਕਮਾ ਕਰ ਪਹੁੰਚੋ, ਸੰਤਮਾ ਪੁਰਖ ਬਰਾਜਮਾਨ ਨੇ ਆਪਣੇ ਆਸਣ 'ਤੇ, ਅਸੀਂ ਇੱਕ ਇੱਕ ਮਿੰਟ ਲਾਹਾ ਖੱਟੀਏ, ਆ ਜਾਈਏ। ਮੈਂ ਸੰਤਮਾ ਪੁਰਖਾਂ ਦੀ ਬੇਨਤੀ, ਉਹਨਾਂ ਦੇ ਚਰਨਾਂ 'ਚ ਬੇਨਤੀ, ਉਹਨਾਂ ਦਾ ਸਤਿਕਾਰ ਅਭਿਨੰਦਨ ਕਰਦਾ ਹੋਇਆ ਅਰਜ ਬੇਨਤੀ ਕਰਾਂਗਾ। ਮਹਾਂਪੁਰਖੋ, ਆਪ ਜੀ ਆਏ ਹੋ, ਜੀ ਆਇਆਂ, ਜੀ ਆਇਆਂ ਨੂੰ ਸੰਗਤ ਲੋਚਦੀ ਹੈ। ਆਪ ਗੁਰੂ ਇਤਿਹਾਸ ਸੁਣਾ ਕੇ ਸਾਡੀ ਅਗਵਾਈ ਕਰਕੇ, ਬਾਕੀ ਵਿਚਾਰਾਂ 'ਤੇ ਬਾਅਦ 'ਚ ਕਰਾਂਗੇ, ਸਾਡੀ ਅਗਵਾਈ ਕਰੋ ਅਤੇ ਸਾਨੂੰ ਦੁਨਿਆਵੀ ਜੀਵਾਂ ਨੂੰ ਸਿੱਧੇ ਰਸਤੇ ਪਾਓ। ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ, ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ, ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ, ਗੁਰ ਹਰ ਕ੍ਰਿਸ਼ਨ ਮਨਾਏ ਬਹੁ, ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਤਰੋਂ ਬੰਦੋ ਬਾਰ ਬਾਰ ਜਗਦੀਸਾ, ਜਿਸਮਹ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾ,
ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸਮੁੰਦਾ ਇੱਕ ਚੱਲ ਆਇਓ। ਸ਼੍ਰੀ ਅਰਜਨ ਕੋ ਸੀਸ ਨਿਵਾਇਓ। ਨਾਮ ਸਮੁੰਦਾ ਇੱਕ ਚੱਲ ਆਇਓ। ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਬਾਹਰ ਸੰਗਤਾਂ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਹੈ, ਅੰਦਰ ਸੰਗਤਾਂ ਅਜੇ ਪੂਰਨ ਰੂਪ ਦੇ ਵਿੱਚ ਦੀਵਾਨ ਵਿੱਚ ਹਾਜ਼ਰ ਨਹੀਂ ਹੋਈਆਂ। ਆਓ ਸਾਰੇ ਦੀਵਾਨ ਵਿੱਚ ਆ ਕੇ ਬੈਠੋ ਔਰ ਬੜੀ ਸ਼ਾਂਤੀ ਨਾਲ ਇਕਾਗਰਤਾ ਨਾਲ ਚੁੱਪ ਦਾ ਦਾਨ ਬਖਸ਼ਿਸ਼ ਕਰਕੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਕੇ ਸਤਸੰਗਤ ਦਾ ਆਨੰਦ ਮਾਣੀਏ। ਸਤਸੰਗਤ ਜੀ, ਤਖ਼ਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਨਗਰ ਭੋਏਵਾਲ ਦੀਆਂ ਸਮੁੱਚੀਆਂ ਸੰਗਤਾਂ ਦੇ ਖਾਸ ਉੱਦਮ ਔਰ ਉਪਰਾਲੇ ਦੇ ਨਾਲ ਹਰ ਸਾਲ ਦੀ ਤਰ੍ਹਾਂ 6 ਜੂਨ 1984 ਦਾ ਉਹ ਘੱਲੂਘਾਰਾ ਜਦੋਂ ਸਮੇਂ ਦੀ ਜਰਵਾਣੀ ਹਕੂਮਤ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਬੇਰਹਿਮੀ ਦੇ ਨਾਲ ਹਮਲਾ ਕੀਤਾ। ਉਸ ਹਮਲੇ ਦੌਰਾਨ ਮਹਾਂਪੁਰਖ ਅਤੇ ਜਿੰਨੇ ਵੀ ਸਿੰਘ ਸਿੰਘਣੀਆਂ ਭੁਚੰਗੀ ਸ਼ਹੀਦ ਹੋਏ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਆਪਾਂ ਜੁੜ ਕਰਕੇ ਇਹਨਾਂ ਸ਼ਹੀਦੀ ਦੀਵਾਨਾਂ ਵਿੱਚ ਗੁਰਮਤਿ ਸਮਾਗਮਾਂ ਦੇ ਅੰਦਰ ਜੁੜ ਕਰਕੇ ਸਤਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਸਤਸੰਗਤ ਜੀ, ਆਪ ਜੀ ਨੇ ਦਮਦਮੇ ਟਕਸਾਲ ਦੇ ਵਿਦਿਆਰਥੀ ਭੁਚੰਗੀ ਸਿੰਘਾਂ ਤੋਂ ਗੁਰਬਾਣੀ ਦਾ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕੀਤਾ। ਉਸ ਤੋਂ ਉਪਰੰਤ ਰਾਗੀ ਭਾਈ ਰਣਜੀਤ ਸਿੰਘ ਜੀ ਦੇ ਜਥੇ ਤੋਂ ਬਹੁਤ ਹੀ ਰਸ ਭਿੰਨਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਗੁਰਸਿੱਖਾਂ ਦੇ ਇਹ ਕਥਾ ਦੇ ਬਹੁਤ ਹੀ ਰਸਦਾਇਕ ਪ੍ਰਸੰਗਾਂ ਦੀ ਕਥਾ ਚੱਲ ਰਹੀ ਹੈ। ਪਿਛਲੇ ਦੀਵਾਨਾਂ ਵਿੱਚ ਜਿਨ੍ਹਾਂ ਸੰਗਤਾਂ ਨੇ ਇਹ ਕਥਾ ਸੁਣੀ ਹੈ ਉਹਨਾਂ ਨੂੰ ਗਿਆਤ ਹੈ ਕਿ ਕਿੰਨਾ ਆਨੰਦਮੈਂ ਉਪਦੇਸ਼ ਸਤਿਗੁਰੂ ਜੀ ਆਪਣੇ ਗੁਰਸਿੱਖਾਂ ਨੂੰ ਬਖਸ਼ਿਸ਼ ਕਰਕੇ ਨਿਵਾਜ ਰਹੇ ਹਨ। ਸਤਿਗੁਰੂ ਜੀ ਦੇ ਚਰਨਾਂ ਵਿੱਚ ਇੱਕ ਸਮੁੰਦਾ ਨਾਮ ਦੇ ਸਿੱਖ ਆਏ ਹੈ।
ਉਹ ਧੰਨ ਗੁਰੂ ਅਰਜਨ ਦੇਵ ਜੀ ਨੂੰ ਕੁਝ ਬੇਨਤੀਆਂ ਕਰ ਰਹੇ ਹਨ। ਗੁਰਮੁਖਾਂ ਦੇ ਔਰ ਮਨਮੁਖਾਂ ਦੇ ਇਹ ਲੱਛਣ ਸਤਿਗੁਰੂ ਜੀ ਤੋਂ ਪੁੱਛ ਰਹੇ ਹਨ ਕਿ ਗੁਰਮੁਖ ਕਿਹੋ ਜਿਹਾ ਹੁੰਦਾ ਹੈ, ਮਨਮੁਖ ਕੈਸੀ ਬਿਰਤੀ ਦਾ ਮਾਲਕ ਹੁੰਦਾ ਹੈ, ਆਪ ਕਿਰਪਾ ਕਰਕੇ ਸਾਨੂੰ ਦੱਸਣਾ ਕਰੋ। ਤਾਂ ਸਾਧ ਸੰਗਤ ਜੀ, ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਹੀ ਰਸਦਾਇਕ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਇਹ ਬਹੁਤ ਹੀ ਸੁੰਦਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਨਾਮ ਸਮੁੰਦਾ ਇੱਕ ਚੱਲ ਆਇਓ। ਇੱਕ ਸਮੁੰਦਾ ਨਾਮ ਦਾ ਸਿੱਖ ਧੰਨ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੱਲ ਕੇ ਆਇਆ ਹੈ। ਸ੍ਰੀ ਅਰਜਨ ਕੋ ਸੀਸ ਨਿਵਾਇਓ। ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਮਸਤਕ ਧਰਤੀ ਨੂੰ ਲਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਹੈ। ਬੈਠ ਨਿਕਟ ਮੁਖ ਬਾਕ ਬਖਾਨੇ। ਨੇੜੇ ਹੋ ਕੇ ਸਤਿਗੁਰਾਂ ਨੂੰ ਹੱਥ ਜੋੜ ਕੇ ਭਾਈ ਸਮੁੰਦੇ ਨੇ ਬੇਨਤੀ ਕੀਤੀ ਹੈ। ਗੁਰੂ ਗਰੀਬ ਨਿਵਾਜ ਸੁਜਾਨੇ। ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲੇ ਹੇ ਸੁਜਾਨ ਸਤਿਗੁਰੂ ਜੀ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਜੀ, ਮੇਰੇ ਮਨ ਦੀ ਇੱਕ ਇੱਛਾ ਹੈ, ਇੱਕ ਸਵਾਲ ਹੈ ਮੇਰੇ ਮਨ ਵਿੱਚ, ਉਹ ਆਪ ਕਿਰਪਾ ਕਰਕੇ ਦੱਸਣਾ ਕਰੋ। ਸਨਮੁਖ ਬੇਮੁਖ ਕਹੀ ਹੈ ਕੌਣ। ਸੁਣਿਆ ਬੜਾ, ਆਪਾਂ ਵੀ ਸੁਣਦੇ ਹਾਂ, ਫਲਾਨਾ ਸਿੱਖ ਸਨਮੁਖ ਹੈ, ਫਲਾਨਾ ਗੁਰਮੁਖ ਹੈ, ਫਲਾਨਾ ਬੜਾ ਹੀ ਮਨਮੁਖ ਹੈ, ਫਲਾਨਾ ਬਹੁਤਾ ਹੀ ਬੇਮੁਖ ਹੈ। ਇਹ ਆਪਾਂ ਸੁਣਦੇ ਹਾਂ, ਪਰ ਆਪਾਂ ਨੂੰ ਪਤਾ ਨਹੀਂ ਸਨਮੁਖ ਅਤੇ ਬੇਮੁਖ ਕਿਹਨੂੰ ਕਹੀਦਾ ਹੈ। ਇਹ ਭਾਈ ਸਮੁੰਦੇ ਨੇ ਵੀ ਪੁੱਛਿਆ, ਸੱਚੇ ਪਾਤਸ਼ਾਹ ਸਨਮੁਖ ਕਿਹਨਾਂ ਨੂੰ ਕਹੀਦਾ ਹੈ, ਸਨਮੁਖ ਸਿੱਖ ਕਿਹੋ ਜਿਹੇ ਹੁੰਦੇ ਹੈ ਅਤੇ ਬੇਮੁਖ ਲੋਕ ਜਿਹੜੇ ਆ ਉਹ ਕਿਹੋ ਜਿਹੇ ਹੁੰਦੇ ਹਨ। ਆਪ ਬਖਾਨਹੁ ਲੱਛਣ ਦਾਉਨ। ਦੋਨਾਂ ਦੇ ਲੱਛਣ ਆਪਾਂ ਕਹਿ ਨਹੀਂ ਦਿੰਦੇ, ਫਲਾਣੇ ਬੰਦੇ ਦੇ ਲੱਛਣਾਂ ਤੋਂ ਉਹਦੀ ਕਰਤੂਤ ਦਾ ਪਤਾ ਲੱਗ ਜਾਂਦਾ ਵੀ ਉਹ ਇਹੋ ਜਿਹੇ ਹਰਕਤਾਂ ਕਰਦਾ, ਇਹੋ ਜਿਹੇ ਉਹਦੇ ਵਿੱਚ ਸੁਭਾਵਿਕ ਉਹਦੀਆਂ ਸੋਚਾਂ, ਉਹਦੀ ਚਾਲ, ਉਹਦੀ ਵਿਚਾਰ ਹੈ। ਇਸ ਕਰਕੇ ਲੱਛਣ ਹੁੰਦੇ ਆ, ਬੰਦੇ ਦੇ ਲੱਛਣਾਂ ਤੋਂ ਚੰਗੇ ਮੰਦੇ ਦਾ ਗਿਆਨ ਹੋ ਜਾਂਦਾ ਜਾਂ ਸੌਖਾ ਸਮਝ ਵਿੱਚ ਆਉਣ ਲਈ ਕਿ ਬੰਦੇ ਦੀਆਂ ਆਦਤਾਂ ਬੰਦੇ ਦੇ ਰੂਪ ਦਾ ਬਿਆਨ ਕਰ ਦਿੰਦੀਆਂ, ਬੰਦੇ ਦੀ ਸ਼ਖਸੀਅਤ ਨੂੰ ਦੱਸ ਦਿੰਦੀਆਂ ਕਿ ਬੰਦਾ ਕਿਹੋ ਜਿਹੀ ਕਰਤੂਤ ਦਾ, ਕਿਹੋ ਜਿਹੀ ਕਰਨੀ ਦਾ ਮਾਲਕ ਹੈ। ਇਸ ਕਰਕੇ ਆਦਤਾਂ ਤੋਂ ਪਤਾ ਲੱਗ ਜਾਂਦਾ। ਇਹ ਸਿੱਖ ਭਾਈ ਸਮੁੰਦਾ ਜੀ ਵੀ ਪੁੱਛਦੇ ਆ, ਮਹਾਰਾਜ ਜਿਹੜੇ ਮਨਮੁੱਖ ਹੈ ਉਹ ਵੀ, ਜਿਹੜੇ ਸਨਮੁੱਖ ਹੈ ਉਹ ਵੀ, ਉਹਨਾਂ ਦੇ ਲੱਛਣ, ਉਹਨਾਂ ਦੀਆਂ ਜੋ ਮਹਾਰਾਜ ਸੁਭਾਵਿਕ ਕਰਨੀ ਹੈ ਉਹ ਆਪ ਕਿਰਪਾ ਕਰਕੇ ਦੱਸਣਾ ਕਰੋ। ਜਿਸ ਤੇ ਮੈਂ ਜਾਣੋ ਮਨ ਮਾਹੀ। ਜਿਸ ਕਰਕੇ ਮੈਂ ਮਨ ਵਿੱਚ ਜਾਣ ਕੇ ਸਮਝ ਕੇ ਚੰਗੀ ਤਰ੍ਹਾਂ। ਸਨਮੁਖ ਬਣਾ ਬੇਮੁਖ ਹੋਏ ਨਾਹੀ। ਮੈਂ ਸਨਮੁਖ ਬਣਾ ਬੇਮੁਖ ਨਾ ਬਣਾ। ਸੰਗਤ ਹੀ ਸਾਧ ਸੰਗਤ ਜੀ ਬੰਦੇ ਦੇ ਜੀਵਨ ਦੀ ਘਾੜਤ ਘੜਦੀ ਹੈ। ਪਾਪੀ ਬੰਦਾ
ਸੰਗਤ ਕਰਨ ਲੱਗ ਜਾਏ ਉਹ ਚੰਗਾ ਬਣ ਜਾਂਦਾ, ਚੰਗਾ ਮਨੁੱਖ ਪਾਪੀਆਂ ਦੀ ਕੁਸੰਗਤ ਕਰਨ ਲੱਗ ਜਾਏ ਉਹ ਪਾਪੀ ਬਣ ਜਾਂਦਾ। ਇਸ ਕਰਕੇ ਮਹਾਰਾਜ ਮੈਂ ਸਨਮੁੱਖ ਬਣਨਾ ਚਾਹੁੰਦਾ, ਮੈਂ ਬੇਮੁੱਖ ਨਹੀਂ ਹੋਣਾ ਚਾਹੁੰਦਾ, ਤਾਂ ਕਰਕੇ ਮੈਨੂੰ ਦੱਸਣਾ ਕਰੋ ਬੇਮੁੱਖ ਕਿਹਨਾਂ ਨੂੰ ਕਹੀਦਾ ਹੈ, ਸਨਮੁੱਖ ਕੌਣ ਹੁੰਦੇ ਹਨ। ਸੁਣ ਗੁਰ ਕਹਿਓ ਹੋਤ ਬੱਡ ਸ਼ਾਹੂ। ਸੁਣ ਕੇ ਉੱਤਰ ਦਿੱਤਾ ਕਿ ਭਾਵੇਂ ਭਾਈ ਹੇ ਸਮੁੰਦੇ, ਜੇਕਰ ਕੋਈ ਵੱਡਾ ਸ਼ਾਹੂਕਾਰ ਹੋਵੇ, ਧਨੀ ਮਨੁੱਖ ਹੋਵੇ, ਪਦਾਰਥਾਂ ਦਾ ਮਾਲਕ ਹੋਵੇ, ਕਾਰਜ ਕਰਨ ਪਠਾਵਹਿ ਕਾਹੂ, ਆਪਣੇ ਨੌਕਰ ਨੂੰ ਕਿਸੇ ਕੰਮ ਕਰਨ ਵਾਸਤੇ ਭੇਜਣਾ ਕਰੇ ਕਿ ਬਈ ਆ ਕੰਮ ਹੈ ਤੂੰ ਆ ਕਰਕੇ ਆਉਣਾ ਕਰ। ਬੁੱਧ ਤੇ ਬਲ ਤੇ ਪ੍ਰੇਮ ਲਗਾਏ, ਨੌਕਰ ਆਪਣੇ ਸ਼ਾਹੂਕਾਰ ਦਾ ਹੁਕਮ ਮੰਨ ਕੇ ਬੁੱਧੀ ਨਾਲ ਵੀ, ਕਈ ਕੰਮ ਸਰੀਰ ਦੇ ਬਲ ਨਾਲ ਨਹੀਂ ਹੁੰਦੇ, ਤਾਕਤ ਨਾਲ ਜ਼ੋਰ ਨਾਲ ਨਹੀਂ ਹੁੰਦੇ, ਕਈ ਕੰਮ ਸੰਗਤ ਦੀ ਸਿਆਣਪ ਨਾਲ ਹੀ ਹੁੰਦੇ ਹੈ, ਅਤੇ ਕਈ ਕੰਮ ਸਰੀਰ ਦੇ ਜ਼ੋਰ ਨਾਲ ਵੀ ਕਰਨੇ ਪੈਂਦੇ ਹੈ। ਦੋਨੋਂ ਤਰ੍ਹਾਂ ਦੀ ਬੰਦੇ ਦੇ ਅੰਦਰ ਸ਼ਕਤੀ ਹੋਣੀ ਚਾਹੀਦੀ ਹੈ, ਬੁੱਧੀ ਦਾ ਬਲ ਵੀ, ਬੰਦਾ ਸਿਆਣਾ ਵੀ, ਸਮਝਵਾਨ ਵੀ, ਸੂਝਵਾਨ ਵੀ ਹੋਵੇ, ਔਰ ਸਰੀਰ ਕਰਕੇ ਵੀ ਬਲੀ ਤਾਕਤਵਰ ਹੋਵੇ। ਤੋ ਸ਼ਾਹੂਕਾਰ ਆਪਣੇ ਨੌਕਰ ਨੂੰ ਭੇਜਦਾ ਵੀ ਆ ਫਲਾਨਾ ਕੰਮ ਕਰਕੇ ਆ, ਜਿਹੜਾ ਸਿਆਣਾ ਨੌਕਰ ਹੈ ਉਹ ਦੇਖਦਾ ਵੀ ਇੱਥੇ ਬੁੱਧੀ ਕਰਕੇ ਸਿਆਣਪ ਨਾਲ ਵੀ ਕੰਮ ਨਿਕਲ ਸਕਦਾ, ਉਹ ਸਿਆਣਪ ਦਾ ਬੁੱਧੀ ਦਾ ਬਲ ਵੀ ਲਾਉਂਦਾ, ਜ਼ੋਰ ਲਾਉਂਦਾ, ਔਰ ਸਰੀਰ ਦਾ ਬਲ ਵੀ, ਸਰੀਰ ਦੀ ਤਾਕਤ ਵੀ ਲਾਉਂਦਾ, ਦੋਨੋਂ ਤਰ੍ਹਾਂ ਦਾ ਜ਼ੋਰ ਲਾ ਕੇ ਸਾਰਾ ਕੰਮ ਕਰਦਾ ਹੈ। ਜੋ ਕਾਰਜ ਕੋ ਲੇਤ ਬਣਾਏ, ਸਿਆਣੇ ਬੰਦੇ ਔਖੇ ਤੋਂ ਔਖੇ ਕੰਮ ਨੂੰ ਵੀ ਸੌਖਾ ਕਰ ਲੈਂਦੇ ਹੈ, ਅਤੇ ਸਾਧ ਸੰਗਤ ਜੀ ਮੂਰਖ ਬੰਦਾ ਮੰਦੀ ਮਤ ਵਾਲਾ ਔਖੇ ਕੰਮ ਨੂੰ ਤਾਂ ਉਹ ਤੋਂ ਹੋਣਾ ਹੀ ਕੀ ਆ, ਸੌਖਾ ਕੰਮ ਵੀ ਔਖਾ ਬਣਾ ਲੈਂਦਾ, ਕਰ ਹੀ ਨਹੀਂ ਪਾਉਂਦਾ। ਇਸ ਕਰਕੇ ਸਿਆਣਾ ਮਨੁੱਖ ਜਿਹੜਾ ਹੈ ਉਹ ਸਾਰੇ ਕਾਰਜ ਨੂੰ ਚੰਗੀ ਤਰ੍ਹਾਂ ਕਰਕੇ ਬਣਾ ਕੇ ਪੂਰਾ ਕਰ ਲੈਂਦਾ ਹੈ ਜੋ ਦੱਸਿਆ ਹੈ ਮਾਲਕ ਨੇ। ਸੋ ਸਨਮੁਖ ਆਵਤ ਚੱਲ ਸ਼ਾਹੂ, ਜਦੋਂ ਕੰਮ ਹੋ ਜਾਂਦਾ ਫਿਰ ਆਪਣੇ ਮਾਲਕ ਦੇ ਸਾਹਮਣੇ ਬੜੀ ਪ੍ਰਸੰਨਤਾ ਨਾਲ ਆਉਂਦਾ ਕਿ ਮੈਂ ਆਪਣੇ ਮਾਲਕ ਨੂੰ ਜਾ ਕੇ ਦੱਸਾਂ, ਬੜਾ ਖੁਸ਼ੀ ਖੁਸ਼ੀ ਚੱਲ ਕੇ ਆਉਂਦਾ ਕਿ ਹੇ ਮੇਰੇ ਮਾਲਕ, ਹੇ ਮੇਰੇ ਰੋਡੀ ਦਾਤੇ, ਜਿਸ ਕੰਮ ਮੈਨੂੰ ਤੁਸੀਂ ਭੇਜਿਆ ਸੀ ਡਿਊਟੀ ਲਾ ਕੇ, ਉਹ ਕੰਮ ਮੈਂ ਪੂਰਾ ਨੇਪਰੇ ਚਾੜ ਕੇ ਪੂਰਾ ਕਰਕੇ ਆਇਆ ਹਾਂ। ਉਹ ਬਿਲਕੁਲ ਸਾਹਮਣੇ ਆ ਕੇ ਆਪਣੇ ਮਾਲਕ ਦੇ ਮੱਥੇ ਲੱਗਦਾ, ਮਾਲਕ ਨੂੰ ਆ ਕੇ ਖੁਸ਼ਖਬਰੀ ਦਿੰਦਾ, ਮਾਲਕ ਵੀ ਸੁਣ ਕੇ ਬੜਾ ਖੁਸ਼ ਹੁੰਦਾ ਕਿ ਮੇਰੇ ਨੌਕਰ ਨੇ ਬੜੀ ਇਮਾਨਦਾਰੀ ਨਾਲ, ਬੜੀ ਮਿਹਨਤ ਮੁਸ਼ੱਕਤ ਅਤੇ ਸਿਆਣਪ ਨਾਲ ਜੋ ਡਿਊਟੀ ਲਾਈ ਸੀ, ਜੋ ਕੰਮ ਦੱਸਿਆ ਸੀ ਉਹ ਪੂਰਾ ਕਰਕੇ ਆਇਆ ਹੈ। ਨਹੀਂ ਕਰਹਿ ਬੇਮੁਖ ਲਖ ਤਾਹੂੰ, ਜਿਹੜਾ ਨਹੀਂ ਕਰਦਾ, ਮਾਲਕ ਨੇ ਡਿਊਟੀ ਲਾ ਤੀ, ਉਹ ਕਦੇ ਇੱਧਰ ਨੂੰ ਟਲੇਗਾ, ਕਦੇ ਉੱਧਰ ਨੂੰ ਜਾਏਗਾ, ਮਾਲਕ ਦੇ ਮੱਥੇ ਨਹੀਂ ਲੱਗ ਸਕਦਾ, ਸ਼ਰਮਿੰਦਾ ਹੋਣਾ ਪੈਂਦਾ, ਕਿਉਂ ਕੰਮ ਹੀ ਨਹੀਂ ਕਰਕੇ ਆਇਆ, ਮਾਲਕ ਦੇ ਮੱਥੇ ਕਿਹੜੀ ਗੱਲ ਨਾਲ ਲੱਗੇਗਾ। ਜਿਹੜਾ ਕੰਮ ਨਹੀਂ ਕਰਕੇ ਆਇਆ, ਪੂਰੀ ਡਿਊਟੀ ਨਹੀਂ ਨਿਭਾਈ, ਉਹ ਮਾਲਕ ਦੇ ਸਾਹਮਣੇ ਨਹੀਂ ਆ ਕੇ ਖੜ ਸਕਦਾ, ਉਹਨੂੰ ਫਿਰ ਪਾਸੇ ਹੋਣਾ ਪੈਂਦਾ,
ਸ਼ਰਮਿੰਦਗੀ ਝੱਲਣੀ ਪੈਂਦੀ ਹੈ, ਆਪਣੇ ਮਾਲਕ ਤੋਂ ਬੇਮੁਖ ਹੋਣਾ ਪੈਂਦਾ, ਮਾਲਕ ਦੇ ਸਾਹਮਣੇ ਨਹੀਂ ਹੋ ਸਕਦਾ। ਵਾਹਿਗੁਰੂ ਤਿਮ ਪਟਿਓ ਨਰ ਨਕੋ। ਮਹਾਰਾਜ ਜੀ ਨੇ ਇਹ ਦ੍ਰਿਸ਼ਟਾਂਤ ਦਿੱਤਾ, ਹੁਣ ਦਾ ਦ੍ਰਿਸ਼ਟਾਂਤ ਦੇ ਰਹੇ ਕਿ ਪਰਮੇਸ਼ੁਰ ਨੇ ਵੀ, ਪਰਮੇਸ਼ੁਰ ਅਕਾਲ ਪੁਰਖ ਸ਼ਾਹੂਕਾਰ ਹੈ, ਉਸ ਨੇ ਇਹਨਾਂ ਮਨੁੱਖਾਂ ਨੂੰ ਸੰਸਾਰ ਦੇ ਉੱਤੇ ਇੱਕ ਡਿਊਟੀ ਲਾ ਕੇ ਭੇਜਿਆ ਹੈ। ਨਾਮਦਾਨ ਇਸ਼ਨਾਨ ਕਰਨ ਕੋ। ਇਹਨਾਂ ਬੰਦਿਆਂ ਦੀ, ਇਹਨਾਂ ਮਨੁੱਖਾਂ ਦੀ ਕੀ ਡਿਊਟੀ ਹੈ? ਨਾਮ ਜਪਣਾ ਔਰ ਦਾਨ ਕਰਨਾ ਅਤੇ ਇਸ਼ਨਾਨ ਕਰਨਾ। ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਔਰ ਨਾਮ ਜਪਣਾ, ਫਿਰ ਦਸਾਂ ਨਹੁੰ ਦੀ ਧਰਮ ਦੀ ਕਿਰਤ ਕਰਕੇ ਦਾਨ ਦੇਣਾ, ਦਸਵੰਧ ਗੁਰੂ ਦੇ ਨਿਮਿੱਤ ਦੇਣਾ। ਇਹ ਤਿੰਨ ਡਿਊਟੀਆਂ ਵਾਹਿਗੁਰੂ ਸ਼ਾਹੂਕਾਰ ਨੇ ਇਸ ਬੰਦੇ ਦੀਆਂ, ਇਸ ਮਨੁੱਖ ਦੀਆਂ ਲਾ ਕਰਕੇ ਇਹਨੂੰ ਮਾਤ ਲੋਕ 'ਤੇ ਭੇਜਿਆ। ਹੁਣ ਜੇ ਉਹਦੀ ਡਿਊਟੀ ਲੱਗੀ ਆ, ਉਹਨੂੰ ਪਤਾ ਹੀ ਨਹੀਂ ਮੇਰੀ ਡਿਊਟੀ ਕੀ ਲੱਗੀ ਹੈ, ਮੇਰੇ ਜਿੰਮੇ ਕੰਮ ਕੀ ਲੱਗਾ, ਉਹਦੇ ਲਈ ਫਿਰ ਗੁਰੂ ਦੀ ਸ਼ਰਨ ਵਿੱਚ ਆਉਣਾ ਹੁੰਦਾ। ਜਿਵੇਂ ਆਪਾਂ ਸੰਗਤ ਵਿੱਚ ਆਏ ਹਾਂ ਨਾ, ਗੁਰੂ ਸਾਹਿਬ ਅਤੇ ਸੰਗਤ ਦੱਸਦੀ ਹੈ ਕਿ ਭਾਈ ਤੂੰ ਕਿਸ ਕੰਮ ਆਇਆ, ਕਿਹੜੀ ਤੇਰੀ ਡਿਊਟੀ ਲੱਗੀ ਹੈ, ਕਿਹੜੇ ਕਿਹੜੇ ਕੰਮ ਤੂੰ ਕਰਨੇ। ਉਹ ਸੁਣ ਕੇ ਸੰਗਤ ਵਿੱਚੋਂ ਗੁਰੂ ਦਾ ਉਪਦੇਸ਼, ਫਿਰ ਮਨੁੱਖ ਇਹਨਾਂ ਬਚਨਾਂ ਨੂੰ ਜਦੋਂ ਜੀਵਨ ਵਿੱਚ ਪੂਰਾ ਕਰਦਾ ਹੈ, ਪਾਛਲ ਰਾਤ ਨੀਂਦ ਕੋ ਤਿਆਗੇ। ਪਿਛਲੀ ਰਹਿ ਰਾਤ ਅੰਮ੍ਰਿਤ ਵੇਲੇ 3 ਵਜੇ ਤੋਂ ਬਾਅਦ, ਜਿਹੜਾ ਪਿਛਲੀ ਰਾਤ ਅੰਮ੍ਰਿਤ ਵੇਲੇ ਦੀ ਰਾਤ, ਪਿਛਲਾ ਪਹਿਰ ਕਹਿ ਲਓ, 8 ਪਹਿਰਾਂ ਦਾ ਪਿਛਲਾ ਪਹਿਰ, ਇਉਂ ਸੂਰਜ ਚੜ੍ਹਨ ਤੋਂ ਫਿਰ ਦਿਨ ਦਾ ਅਗਲਾ ਪਹਿਰ ਸ਼ੁਰੂ ਹੋ ਜਾਂਦਾ, ਇਹ ਪਿਛਲੀ ਰਾਤ ਨੀਂਦ ਨੂੰ ਤਿਆਗ ਕੇ, ਨੀਂਦਰਾ ਨੂੰ ਛੱਡ ਕੇ, ਕਰਹ ਸੋਚ ਮੱਜਨ ਅਨੁਰਾਗੇ, ਸਰੀਰ ਦੀ ਕਿਰਿਆ ਕਰਦਾ, ਫਿਰ ਬੜੇ ਪ੍ਰੇਮ ਨਾਲ ਮੱਜਨ ਇਸ਼ਨਾਨ ਕਰਦਾ ਹੈ। ਅੰਮ੍ਰਿਤ ਵੇਲੇ ਨਿਤ ਸਤਨਾਮ, ਇਸ਼ਨਾਨ ਕਰਕੇ ਨਿਤਾ ਪ੍ਰਤੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ, ਗੁਰਬਾਣੀ ਪੜ੍ਹਦਾ ਹੈ ਨਿਤਾ ਨੇਮ, ਸਿਮਰੈ ਪ੍ਰੀਤ ਧਰੈ ਨਿਸ਼ਕਾਮ। ਜਿਹੜਾ ਨਾਮ ਜਪਦਾ, ਬਾਣੀ ਪੜ੍ਹਦਾ, ਉਹ ਨਿਸ਼ਕਾਮ ਹੋ ਕੇ ਮਨ ਵਿੱਚ ਕੋਈ ਇੱਛਾ ਨਹੀਂ ਕਰਦਾ, ਕੇਵਲ ਪ੍ਰੀਤੀ, ਜਿਹਦੇ ਨਾਲ ਪਿਆਰ ਹੁੰਦਾ ਨਾ ਸੰਗਤ ਦੀ, ਉਹਦੇ ਨਾਲ ਕੋਈ ਮਤਲਬ ਦੀ ਸਾਂਝ ਨਹੀਂ ਹੁੰਦੀ, ਬੰਦਾ ਉਹਦੇ ਨਾਲ ਕਦੇ ਕੋਈ ਮਤਲਬ ਦਾ ਸੰਬੰਧ ਨਹੀਂ ਰੱਖਦਾ, ਪ੍ਰੇਮ ਕਰਨ ਦੇ ਵਿੱਚ ਕਦੇ ਮਤਲਬ ਨਹੀਂ ਆਇਆ ਕਰਦਾ, ਖੁਦਗਰਜੀ ਨਹੀਂ ਉੱਥੇ ਹੁੰਦੀ, ਕੇਵਲ ਉੱਥੇ ਪ੍ਰੇਮ ਹੁੰਦਾ ਪਰਮੇਸ਼ਰ ਨਾਲ, ਉਹ ਨਿਸ਼ਕਾਮਤਾ ਨਾਲ ਦਿਲੋਂ ਪ੍ਰੇਮ ਕਰਦੇ ਆ। ਪਰ ਇਹ ਵਿਰਲੇ ਭਾਗਾਂ ਵਾਲੇ, ਕਰੋੜਾਂ 'ਚੋਂ ਕੱਦ ਹੀ ਹੁੰਦਾ ਕੋਈ ਐਸਾ ਜਿਹੜਾ ਨਿਸ਼ਕਾਮੀ ਹੋਵੇ ਅਤੇ ਨਿਰੋਲ ਵਾਹਿਗੁਰੂ ਦੇ ਚਰਨਾਂ ਨਾਲ ਪ੍ਰੇਮਾ ਭਗਤੀ ਦੁਆਰਾ ਜੁੜਿਆ ਹੋਇਆ ਹੋਵੇ। ਫਿਰ ਉਹ ਗੁਰਮੁਖ ਨਿਸ਼ਕਾਮਤਾ ਦੇ ਸਹਿਤ, ਕਾਮਨਾਵਾਂ ਤੋਂ, ਇੱਛਾ ਤੋਂ ਰਹਿਤ ਹੋ ਕੇ ਆਪਣੇ ਪਿਆਰੇ ਵਾਹਿਗੁਰੂ ਨਾਲ ਪ੍ਰੀਤੀ ਕਰਦਾ। ਪ੍ਰੀਤੀ ਦੀ ਨਿਸ਼ਾਨੀ ਕੀ ਹੈ? ਉਹਦਾ ਨਾਮ ਜਪਦਾ। ਤੁਹਾਡੇ ਪ੍ਰੇਮ ਦੀ ਨਿਸ਼ਾਨੀ ਕੀ ਹੈ? ਤੁਸੀਂ ਘਰੋਂ ਚੱਲ ਕੇ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣ ਆਏ ਹੋ, ਇਹ ਤੁਹਾਨੂੰ ਗੁਰੂ ਦਾ ਪ੍ਰੇਮ ਹੀ ਖਿੱਚ ਕੇ ਲਿਆਇਆ। ਫਿਰ ਤੁਸੀਂ ਸੰਗਤ ਵਿੱਚ ਬੈਠ ਕੇ ਕੀਰਤਨ ਕਥਾ ਸੁਣ ਰਹੇ ਹੋ, ਗੁਰੂ ਘਰ ਆ ਕੇ ਸੇਵਾ ਕਰਦੇ ਹੋ, ਇਹ ਤੁਹਾਡੇ ਪ੍ਰੇਮ ਦੀ ਨਿਸ਼ਾਨੀ ਹੈ। ਇਹ ਗੱਲ ਸਾਨੂੰ ਗਿਆਤ ਕਰਾਉਂਦੀ ਹੈ ਕਿ ਤੁਹਾਡੇ ਮਨ ਵਿੱਚ ਗੁਰੂ ਦਾ ਪ੍ਰੇਮ ਹੈ, ਤੁਸੀਂ ਸੇਵਾ ਕਰ ਰਹੇ ਹੋ, ਸਤਸੰਗਤ ਕਰ ਰਹੇ ਹੋ, ਸਤਿਗੁਰੂ ਦੇ ਦਰਸ਼ਨ ਕਰ ਰਹੇ ਹੋ,
ਇਹੀ ਪ੍ਰੇਮ ਦੀ ਨਿਸ਼ਾਨੀ ਆ, ਹੋਰ ਕੀ ਪ੍ਰੇਮ ਦੀ ਨਿਸ਼ਾਨੀ ਆ। ਇਸ ਕਰਕੇ ਬਾਈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਹੈ ਪ੍ਰੇਮ ਧਾਰ ਕੇ ਮਨ ਵਿੱਚ, ਗੁਰਬਾਣੀ ਪੜ੍ਹ ਹਿਰਦੇ ਵਿਚਾਰ, ਗੁਰਬਾਣੀ ਪੜ੍ਹਦਾ ਤੇ ਗੁਰਬਾਣੀ ਦੀ ਵਿਚਾਰ ਹਿਰਦੇ ਵਿੱਚ ਕਰਦਾ ਹੈ ਮਨ ਵਿੱਚ, ਤਰਨ ਉਹਦੇ ਨਿਜ ਕਾਜ ਸੰਭਾਰ, ਗੁਰਬਾਣੀ ਦੇ ਸਿਧਾਂਤ ਨੂੰ ਅਰਥਾਂ ਨੂੰ ਮਨ ਵਿੱਚ ਵਸਾਉਂਦਾ, ਛੱਡਣ ਵਾਲੇ ਔਗੁਣਾਂ ਨੂੰ ਤਿਆਗਦਾ, ਸ਼ੁਭ ਗੁਣਾਂ ਨੂੰ ਧਾਰਨ ਕਰਦਾ, ਬਾਣੀ ਜੋ ਕਹਿੰਦੀ ਆ ਉਸ ਨੂੰ ਹਿਰਦੇ ਵਿੱਚ ਵਸਾਉਂਦਾ ਹੈ। ਔਰ ਫਿਰ ਜਦੋਂ ਉਹਦੇ ਭਾਵ ਸੂਰਜ ਚੜ੍ਹ ਜਾਂਦਾ ਹੈ ਉਸ ਵਕਤ ਫਿਰ ਆਪਣੇ ਕੰਮ ਵੀ, ਉਹ ਵੀ ਦੁਨਿਆਵੀ ਕਿਰਤ ਵਿਰਤ ਕਰਨ ਦੀ ਸਤਿਗੁਰੂ ਜੀ ਦੀ ਆਗਿਆ ਹੈ, ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਏ, ਉਹ ਫਿਰ ਆਪਣੇ ਕੰਮ ਵੀ ਸੰਭਾਲਦਾ। ਇਹ ਨਹੀਂ ਵੀ ਕੰਮਾਂ ਨੂੰ ਸੰਭਾਲ, ਕੰਮਾਂ ਵੱਲੋਂ ਅਵੇਸਲਾ ਹੋ ਕੇ ਬਹਿ ਜਾਂਦਾ, ਆਲਸੀ ਬਣ ਜਾਂਦਾ, ਨਖੱਟੂ ਬਣ ਜਾਂਦਾ, ਇਹ ਨਹੀਂ। ਉਹ ਸੂਰ ਚੜ੍ਹਨ ਤੋਂ ਬਾਅਦ ਫਿਰ ਆਪਣੇ ਕਾਰੋਬਾਰ ਕਿਰਤ ਬਿਰਤ ਦੇ ਕੰਮਾਂ ਨੂੰ ਵੀ ਸੰਭਾਲਦਾ, ਜਾ ਕੇ ਸਾਰੀ ਕਿਰਤ ਬਿਰਤ ਕਰਦਾ ਹੈ। ਮੁੱਖ ਮੈਂ ਕਿਦਾਂ ਹਿਰਦੈ ਸਤਨਾਮੁ, ਕੰਮ ਕਰਦਿਆਂ ਹੋਇਆਂ ਮੁੱਖ ਵਿੱਚ ਵਾਹਿਗੁਰੂ ਦਾ ਨਾਮ ਜਪਦਾ ਹੈ ਹਿਰਦੇ ਦੇ ਅੰਦਰ, ਸਦਾ ਸੰਭਾਰ ਹੈ ਕਰਤੇ ਕੰਮ। ਮਹਾਰਾਜ ਨੇ ਕਿਹਾ ਮੁੱਖ ਔਰ ਹਿਰਦਾ, ਜਿੰਨਾ ਚਿਰ ਹਿਰਦੇ ਵਿੱਚ ਨਾਮ ਨਹੀਂ ਵੱਸਦਾ ਉਨਾ ਚਿਰ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਆਪਣੇ ਆਪ ਹੀ ਜਦੋਂ ਰਸਨਾ ਤੋਂ ਸਾਧ ਸੰਗਤ ਦੀ ਸਿਮਰਨ ਪ੍ਰਾਣਾਂ ਵਿੱਚ ਸਵਾਸਾਂ 'ਚ ਪ੍ਰਵੇਸ਼ ਹੋ ਜਾਂਦਾ, ਇਹ ਸੁਰਤੀ ਦੇ ਮਾਰਗ ਨਾਲ ਹੁੰਦਾ। ਸੁਰਤੀ ਹੁੰਦੀ ਹੈ ਧਿਆਨ, ਧਿਆਨ ਨਾਲ ਪਹਿਲਾਂ ਵਾਹਿਗੁਰੂ ਵਾਹਿਗੁਰੂ ਰਸਨਾ ਨਾਲ ਜਪਣਾ, ਫਿਰ ਧਿਆਨ ਜਦੋਂ ਟਿਕਣ ਲੱਗ ਗਿਆ, ਜੁੜ ਗਿਆ ਨਾਮ ਵਿੱਚ, ਫਿਰ ਇਹ ਸਵਾਸਾਂ ਵਿੱਚ, ਆਪਣੇ ਸਵਾਸਾਂ ਦੇ ਉੱਤੇ ਧਿਆਨ ਟਿਕਾਉਣਾ ਕਿ ਮੇਰਾ ਇੱਕ ਵੀ ਸਵਾਸ ਵਾਹਿਗੁਰੂ ਕਹੇ ਤੋਂ ਬਿਨਾਂ ਨਹੀਂ ਚੱਲ ਰਿਹਾ, ਉੱਥੇ ਬਿਰਤੀ ਨੂੰ ਲੈ ਕੇ ਜਾਣਾ, ਸੁਰਤ ਵਿੱਚ ਧਿਆਨ ਨੂੰ ਲੈ ਕੇ ਜਾਣਾ। ਇੱਕ ਇੱਕ ਸਾਹ ਚੱਲਦਾ ਉਹਦੇ ਵਿੱਚ, ਇੱਕ ਇੱਕ ਸਾਹ ਤੋਂ ਵਾਹਿਗੁਰੂ ਵਾਹਿਗੁਰੂ ਜਪਾਉਣਾ, ਇਹਨੂੰ ਸੁਰਤ ਦਾ ਮਾਰਗ ਕਿਹਾ ਜਾਂਦਾ ਹੈ। ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਫਿਰ ਭਾਈ ਅੱਗੇ ਜਾ ਕੇ ਫਿਰ ਹਿਰਦੇ ਵਿੱਚ ਨਾਮ ਵੱਸਦਾ। ਜਦੋਂ ਨਾਮ ਹਿਰਦੇ ਵਿੱਚ ਵੱਸ ਗਿਆ, ਅੱਠੇ ਪਹਿਰ ਵਾਹਿਗੁਰੂ ਦੀ ਯਾਦ ਹਿਰਦੇ ਵਿੱਚ ਵੱਸ ਗਈ, ਫਿਰ ਜ਼ਬਾਨ 'ਤੇ ਔਰ ਸਵਾਸਾਂ 'ਤੇ ਜ਼ੋਰ ਨਹੀਂ ਲਾਉਣਾ ਪੈਂਦਾ, ਫਿਰ ਆਪਣੇ ਆਪ ਹੀ ਅਜੱਪਾ ਜਾਪ ਦਾ ਸਿਮਰਨ ਗੁਰਮੁਖਾਂ ਦੇ ਹਿਰਦੇ ਵਿੱਚ ਚੱਲ ਪੈਂਦਾ ਹੈ। ਪਹਿਲਾਂ ਮਿਹਨਤ, ਹਰ ਕੰਮ ਦੀ ਮਿਹਨਤ ਮੁਸ਼ਕਤ ਕਰਨੀ ਪੈਂਦੀ ਹੈ, ਜਦੋਂ ਕੰਮ ਦੀ ਮੁਹਾਰਤ ਤੁਹਾਨੂੰ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਕੰਮ ਆਪਣੇ ਆਪ ਹੀ ਹੋ ਹੀ ਜਾਂਦੇ ਹੈ। ਹਲ ਵਾਹੁਣ ਵਾਲੇ ਨੂੰ ਪਹਿਲਾਂ ਸਿੱਖਣਾ ਪੈਂਦਾ, ਫਿਰ ਤਾਂ ਉਹ ਆਪੇ ਹੀ ਵਾਹੀ ਜਾਂਦਾ। ਦੁਕਾਨ ਵਾਲੇ ਨੂੰ ਦੁਕਾਨਦਾਰੀ ਕਰਨੀ ਸਿੱਖਣੀ ਪੈਂਦੀ ਹੈ, ਫਿਰ ਆਪੇ ਕਰੀ ਜਾਂਦਾ। ਵਪਾਰੀ ਵਪਾਰ ਕਰਨਾ ਸਿੱਖਦਾ, ਮਿਹਨਤ ਕਰਦਾ, ਫਿਰ ਆਪੇ ਚੱਲ ਪੈਂਦਾ। ਇਸੇ ਤਰ੍ਹਾਂ ਨਾਮ ਭਜਨ ਸਿਮਰਨ ਬੰਦਗੀ ਦਾ ਮਾਰਗ ਹੈ। ਪਹਿਲਾਂ ਮਿਹਨਤ, ਜਿੰਨੀ ਨਾਮ 'ਤੇ ਆਇਆ ਗਏ ਮਸ਼ਕਤ ਘਾਲ, ਪਹਿਲਾਂ ਮਸ਼ਕਤ ਘਾਲਣੀ ਪੈਂਦੀ ਹੈ, ਫਿਰ ਕਿਤੇ ਜਾ ਕੇ। ਜਿਹੜਾ ਬੰਦਾ ਕਮਾਈ ਨਹੀਂ ਕਰਦਾ, ਮਸ਼ਕਤ ਨਹੀਂ ਕਰਦਾ, ਉਹ ਵਿਹਲਾ ਬੈਠ ਕੇ ਕਿਵੇਂ ਖਾਏਗਾ? ਕਦੇ ਵੀ ਨਹੀਂ ਖਾ ਸਕਦਾ। ਜਿਨ੍ਹਾਂ ਨੇ ਮਸ਼ਕਤਾਂ ਕਰ ਲਈਆਂ, ਮਿਹਨਤਾਂ ਕਰ ਲਈਆਂ, ਉਹਨਾਂ ਨੂੰ ਭਾਈ ਆਰਾਮ ਚੈਨ ਸੁੱਖ ਦੀ ਜ਼ਿੰਦਗੀ ਬਸਰ ਕਰਨ ਵਾਸਤੇ
ਸਾਰੇ ਪਦਾਰਥ ਉਹਨਾਂ ਦੇ ਪਾਸ ਜਮ੍ਹਾਂ ਹੋ ਜਾਂਦੇ ਆ। ਇਸ ਕਰਕੇ ਇੱਧਰ ਵੀ ਇਹੀ ਮਾਰਗ ਹੈ ਕਿ ਪਹਿਲਾਂ ਰਸਨਾ ਨਾਲ ਜਪੋ, ਬੋਲ ਕੇ ਜਪੋ, ਕੰਨ ਸੁਣਨ, ਹੌਲੀ ਹੌਲੀ ਫਿਰ ਉਸ ਨੂੰ ਅੱਗੇ ਸਾਧ ਸੰਗਤ ਜੀ, ਫਿਰ ਸਵਾਸਾਂ ਦੇ ਉੱਤੇ ਧਿਆਨ ਦਿਓ ਕਿ ਇੱਕ ਵੀ ਸਵਾਸ ਵਾਹਿਗੁਰੂ ਕਹੇ ਤੋਂ ਬਿਨਾਂ ਨਾ ਜਾਏ। ਫਿਰ ਅੱਗੇ ਹਿਰਦੇ ਵਿੱਚ ਧਿਆਨ ਚੱਲਿਆ ਜਾਏ, ਉੱਥੇ ਨਾਮ ਵਸ ਜਾਂਦਾ। ਫਿਰ ਅੱਗੇ ਤੋਂ ਅੱਗੇ ਇੱਕ ਤੋਂ ਇੱਕ ਚੜ੍ਹਨਦੀ ਆ, ਜਾਂ ਇੱਕ ਦੋ ਜੀਭੋ ਲੱਖ ਹੋਏ, ਇੱਕ ਦੋ ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਤ ਨਾਮ ਜਗਦੀਸ਼। ਫਿਰ ਆਪਣੇ ਆਪ ਹੀ, ਫਿਰ ਤਾਂ ਜਿੱਥੇ ਗੁਰਮੁਖ ਦਾ ਧਿਆਨ ਚੱਲਿਆ ਜਾਏ, ਮੈਂ ਤਾਂ ਅਭਿਆਸੀ ਗੁਰਮੁਖਾਂ ਤੋਂ ਮਹਾਂਪੁਰਖਾਂ ਤੋਂ ਸੁਣਿਆ, ਫਿਰ ਜਿੱਥੇ ਗੁਰਮੁਖ ਦਾ ਧਿਆਨ ਚੱਲਿਆ ਜਾਏ ਉੱਥੋਂ ਹੀ ਉਹਨਾਂ ਨੂੰ ਸਿਮਰਨ ਸੁਣਾਈ ਦੇਣ ਲੱਗ ਪੈਂਦਾ। ਔਰ ਇਹ ਮੈਂ ਨਹੀਂ ਕਹਿੰਦਾ, ਗੁਰਬਾਣੀ ਕਹਿੰਦੀ ਹੈ। ਨਾਮ ਦੀ ਅਵਸਥਾ ਦਾ ਬਿਆਨ ਸਾਨੂੰ ਗੁਰਬਾਣੀ ਨੇ ਕਰਕੇ ਦੱਸਿਆ। ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਫਿਰ ਧਰਤੀ ਦੇ ਉੱਤੇ ਜਿੱਥੇ ਜਿੱਥੇ ਨਿਗਾਹ ਜਾਏਗੀ, ਉੱਥੇ ਉੱਥੋਂ ਨਾਮ ਸੁਣਾਈ ਦਿੰਦਾ ਪ੍ਰਤੀਤ ਹੁੰਦਾ, ਨਾਮ ਹੀ ਸੁਣਾਈ ਦਿੰਦਾ। ਔਰ ਉੱਥੋਂ ਫਿਰ ਨਾਮ ਦਾ ਪ੍ਰਕਾਸ਼ ਵੀ ਦਿਸਣ ਲੱਗ ਪੈਂਦਾ, ਪਤਾਲ ਵਿੱਚ ਉੱਥੇ ਵੀ, ਆਕਾਸ਼ ਵਿੱਚ ਉੱਥੇ ਵੀ, ਪੰਜੇ ਤੱਤਾਂ ਤੋਂ। ਪੰਜਾਂ ਤੱਤਾਂ ਦੀ ਤਾਂ ਗੱਲ ਹੀ ਛੱਡੋ। ਸੰਤ ਮਹਾਰਾਜ, ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਜਦੋਂ ਬਡਰੁੱਖੇ ਨਗਰ ਦੇ ਵਿੱਚ, ਬਡਰੁੱਖੇ ਨਗਰ ਦੇ ਨੇੜੇ ਸਾਧ ਸੰਗਤ ਜੀ, ਆਪ ਜੀ ਨੇ ਇੱਕ ਬੜਾ ਸੁੰਦਰ ਅਸਥਾਨ ਆਬਾਦ ਕੀਤਾ, ਗੁਰਦੁਆਰਾ ਗੁਰਸਾਗਰ ਮਸਤੂਆਣਾ। ਮਸਤੂ ਸਾਧੂ ਦਾ ਇਹ ਝਿੜਾ ਸੀ, ਉੱਥੇ ਮਹਾਂਪੁਰਖਾਂ ਨੇ ਆਸਣ ਲਾਇਆ ਅਤੇ ਉੱਥੇ ਮਹਾਰਾਜ ਦਾ ਅਸਥਾਨ, ਗੁਰ ਅਸਥਾਨ ਬਣਾਇਆ। ਇੱਕ ਦਿਨ ਬਡਰੁੱਖੇ ਨਗਰ ਵਿੱਚ ਕਿਸੇ ਪ੍ਰੇਮੀ ਨੇ, ਕਹਿ ਲਓ ਕਿਸੇ ਨਗਰ ਨਿਵਾਸੀ ਨੇ, ਆਟਾ ਪੀਸਣ ਵਾਲੀ ਚੱਕੀ ਲਾਈ। ਉਦੋਂ ਪੁਰਾਣੇ ਸਮਿਆਂ ਵਿੱਚ ਲੋਕ ਹੱਥਾਂ ਨਾਲ ਹੀ ਆਟਾ ਪੀਸਿਆ ਕਰਦੇ ਸਨ, ਪਰ ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਤਕਨੀਕਾਂ ਨਵੀਆਂ ਨਵੀਆਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਉਹ ਆਟਾ ਪੀਸਣ ਵਾਲੀ ਮਸ਼ੀਨ ਲਾਈ, ਉਹਨਾਂ ਦੇ ਅੱਗੇ ਪੈਪ ਜਿਹਾ ਹੁੰਦਾ ਸੀ, ਇੰਜਣ ਲੱਗਾ, ਧੂੰਆਂ ਨਿਕਲਣਾ। ਉਹ ਜਦੋਂ ਇੰਜਣ ਸਟਾਰਟ ਹੋ ਕੇ ਚੱਕੀ ਨੇ ਚੱਲਣਾ ਅਤੇ ਉਹ ਉਸ ਦੇ ਵਿੱਚੋਂ, ਪੰਪ ਦੇ ਵਿੱਚੋਂ ਕੱਪ ਕੱਪ ਕਰਕੇ ਆਵਾਜ਼ ਆਉਣੀ, ਔਰ ਉਹ ਆਵਾਜ਼ ਫਿਰ ਮੀਲਾਂ ਤੱਕ, ਦੂਰ ਦੂਰ ਤੱਕ ਸੁਣਾਈ ਦਿਆ ਕਰਦੀ। ਕਿਸੇ ਸਿੰਘ ਨੇ ਆ ਕੇ, ਸੰਤ ਬੈਠੇ ਸਨ ਇਕਾਂਤ ਵਿੱਚ ਚੌਂਕੜਾ ਮਾਰ ਕੇ, ਉਦੋਂ ਤਾਂ ਸਾਧ ਸੰਗਤ ਜੀ, ਮੈਂ ਉਹਨਾਂ ਸਮਿਆਂ ਦੀ ਗੱਲ ਕਰਦਾ ਜਦੋਂ ਕਿਸੇ ਨੂੰ ਸਾਈਕਲ ਦੇਖਣਾ ਨਹੀਂ ਮਿਲਦਾ ਸੀ। ਕਿਸੇ ਪਿੰਡ ਵਿੱਚ ਕਿਸੇ ਕੋਲ ਸਾਈਕਲ ਹੋਣਾ ਤਾਂ ਚਾਰ ਚਾਰ ਪਿੰਡਾਂ ਦੇ ਲੋਕਾਂ ਨੇ ਵੇਖਣ ਜਾਣਾ, ਗੱਡੀਆਂ ਤਾਂ ਕਿੱਥੇ ਹੁੰਦੀਆਂ ਸਨ, ਲੋਕ ਗੱਡਿਆਂ 'ਤੇ ਜਾਂਦੇ ਜਾਂ ਪੈਦਲ ਤੁਰ ਕੇ ਜਾਂ ਟਾਂਗਿਆਂ 'ਤੇ, ਜਿਹੜੇ ਧਨੀ ਹੁੰਦੇ ਉਹਨਾਂ ਕੋਲ ਘੋੜੇ ਘੋੜੀਆਂ ਹੁੰਦੇ, ਜਿਹੜੇ ਕੋਈ ਹੋਰ ਸ਼ਾਹੂਕਾਰ ਹੁੰਦੇ ਰਥਾਂ 'ਤੇ ਚੜ੍ਹ ਕੇ ਜਾਂਦੇ ਸਨ। ਸੋ ਮਸ਼ੀਨ ਲੱਗੀ, ਉਹਨੇ ਬੜੀ ਖੁਸ਼ੀ ਨਾਲ ਆ ਕੇ ਦੱਸਿਆ ਜੀ, ਬਡਰੁੱਖੇ ਪਿੰਡ ਵਿੱਚ, ਆਪਣੇ ਦੂਰ ਦੂਰ ਸੌ ਸੌ ਪਿੰਡ ਵਿੱਚ ਵੀ ਆਟਾ ਪੀਸਣ ਵਾਲੀ ਚੱਕੀ ਮਸ਼ੀਨ ਨਹੀਂ ਲੱਗੀ, ਇਹ ਫਲਾਨਾ ਸਿੰਘ
ਆਪ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਰੋਜ਼, ਇਹਨੇ ਨਵੀਂ ਚੱਕੀ ਲਾਈ ਹੈ। ਆਹ ਦੇਖੋ ਇਹ ਚੱਕੀ ਚੱਲਣ ਦੀ ਆਵਾਜ਼ ਕੱਪ ਕੱਪ ਕਰਕੇ ਆ ਰਹੀ ਹੈ। ਉਹ ਢੱਕਣ ਜਿਹਾ ਖੁੱਲ੍ਹਦਾ ਵੱਜਦਾ, ਉੱਤੇ ਜਦੋਂ ਥੱਲਿਓਂ ਹਵਾ ਦਾ ਪ੍ਰੈਸ਼ਰ ਚੱਲਦਾ, ਕਹਿੰਦਾ ਜੀ ਆਵਾਜ਼ ਉਸ ਚੱਕੀ ਦੀ ਆ ਰਹੀ ਹੈ। ਮਹਾਂਪੁਰਖ ਸੁਣ ਕੇ ਕਹਿਣ ਲੱਗੇ, ਭਾਈ ਤੈਨੂੰ ਤਾਂ ਕੱਪ ਕੱਪ ਸੁਣਦਾ, ਸਾਨੂੰ ਤਾਂ ਉਹਦੇ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਸੁਣ ਰਿਹਾ, ਸਾਨੂੰ ਤਾਂ ਨਾਮ ਹੀ ਸੁਣ ਰਿਹਾ, ਇਹ ਚੱਕੀ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਹੈ, ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ, ਵਾਹਿਗੁਰੂ ਨਾਮ ਦਾ ਸਿਮਰਨ ਕਰ ਰਹੀ ਹੈ, ਸਾਨੂੰ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੀ ਸੁਣਾਈ ਦਿੰਦਾ। ਸੰਤ ਮਹਾਰਾਜ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਕੋਲੇ ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਤੋਂ ਦਰਸ਼ਨ ਕਰਨ ਆਏ, ਬੜੇ ਅਭਿਆਸੀ ਪੁਰਸ਼ ਸਨ। ਉਹਨਾਂ ਨੇ ਸੰਤ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਦਰਸ਼ਨ, ਸੰਤ ਬਾਬਾ ਆਤਰ ਸਿੰਘ ਜੀ ਦੇ ਵੀ ਦਰਸ਼ਨ ਕੀਤੇ। ਮਹਾਂਪੁਰਖਾਂ ਨੂੰ ਕਹਿਣ ਲੱਗੇ ਬੋਪਾ ਰਾਏ ਨਗਰ ਵਿੱਚ ਕਿ ਮਹਾਂਪੁਰਖੋ ਮੇਰੇ 'ਤੇ ਕਿਰਪਾ ਕਰੋ। ਸੰਤ ਚੁੱਪ ਕਰਕੇ, ਕੋਈ ਵਚਨ ਨਹੀਂ ਕੀਤਾ। ਉਹਨਾਂ ਨੇ ਸੰਗਤ ਕੀਤੀ, ਕਹਿੰਦੇ ਮਹਾਂਪੁਰਖ ਢੋਲ ਵਰਗੇ ਹੁੰਦੇ ਆ, ਜੇ ਡੱਗਾ ਲਾਈਏ ਜਿਵੇਂ ਢੋਲ 'ਤੇ, ਅਤੇ ਤਾਂ ਢੋਲ ਅੱਗੋਂ ਆਵਾਜ਼ ਦਿੰਦਾ, ਨਹੀਂ ਲਾਓ ਤਾਂ ਚੁੱਪ ਕਰਕੇ ਢੋਲ ਬੈਠਾ ਹੀ ਰਹਿੰਦਾ। ਸੰਤਾਂ ਨੇ ਕਹਿੰਦੇ ਵਚਨ ਨਹੀਂ ਕਰਨਾ। ਉਹਨੇ ਤਰਕੀਬ ਬਣਾਈ, ਮਨ ਵਿੱਚ ਵਿਚਾਰ ਸੋਚੀ, ਕਹਿਣ ਲੱਗਾ ਜੀ ਮੇਰੇ 'ਤੇ ਇੱਥੇ ਤੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਜਦੋਂ ਮੇਰੀ ਗੱਡੀ ਚੱਲਦੀ ਹੈ ਨਾ, ਕਾਰ ਚੱਲਦੀ ਹੈ, ਉਦੋਂ ਕਾਰਾਂ ਵੀ ਕਿਸੇ ਕੋਲ ਹੀ ਹੁੰਦੀਆਂ ਸਨ, ਜਦੋਂ ਮੇਰੀ ਕਾਰ ਚੱਲਦੀ ਹੈ ਨਾ ਧਰਤੀ ਦੇ ਉੱਤੇ ਸੜਕ ਦੇ ਉੱਤੇ, ਤਾਂ ਇੰਜਣ ਦੇ ਵਿੱਚੋਂ ਮੈਨੂੰ ਵਾਹਿਗੁਰੂ ਵਾਹਿਗੁਰੂ ਨਾਮ ਹੀ ਸੁਣਾਈ ਦਿੰਦਾ। ਇੱਥੇ ਤੱਕ ਮੇਰੇ 'ਤੇ ਕਿਰਪਾ ਹੋ ਗਈ। ਮੈਂ ਹੋਰ ਚਾਹੁੰਦਾ ਵੀ ਮੇਰੇ ਰੋਮ ਰੋਮ ਵਿੱਚ ਵੀ ਨਾਮ ਚੱਲ ਪਵੇ, ਮੈਨੂੰ ਹਰ ਜਗ੍ਹਾ ਤੋਂ ਪਰਮੇਸ਼ਰ ਦਾ ਨਾਮ ਹੀ ਸੁਣਾਈ ਦੇਵੇ। ਮਹਾਂਪੁਰਖਾਂ ਨੇ ਨਿਮਰਤਾ ਸੁਭਾਅ ਸੀ ਉਹਨਾਂ ਦਾ, ਹੱਥ ਜੋੜ ਕੇ ਕਿਹਾ ਗੁਰਸਿੱਖ ਜੀ, ਗੁਰਮੁਖ ਜੀ, ਧੰਨ ਤੁਹਾਡੀ ਅਵਸਥਾ ਜਿਹਨਾਂ ਉੱਤੇ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ। ਸੰਤ ਚੁੱਪ ਕਰਕੇ ਕੁਛ ਬੋਲੇ ਨਹੀਂ। ਜਿਹੜਾ ਗੁਰਮੁਖ ਹੁੰਦਾ ਕਰਨੀ ਵਾਲਾ ਨਾ ਸਾਧ ਸੰਗਤ ਜੀ, ਉਹਨੂੰ ਆਪਣੀ ਕਮਾਈ, ਆਪਣੀ ਸਾਧਨਾ, ਆਪਣੀ ਸਿਮਰਨ ਜਾਂ ਆਪਣੀ ਅਵਸਥਾ ਦੱਸਣ ਲਈ ਢੰਡੋਰਾ ਪਿੱਟਣ ਦੀ ਲੋੜ ਨਹੀਂ। ਉਹ ਕਿਤੇ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਵੀ ਮੈਂ ਇੱਥੇ ਕੁ ਪਹੁੰਚ ਗਿਆ ਜਾਂ ਆਹ ਕੁਝ ਹਾਸਲ ਕਰ ਲਿਆ। ਉਹਨਾਂ ਉੱਤੇ ਤਾਂ ਭਾਈ ਗੁਰਦਾਸ ਜੀ ਨੇ ਲਿਖਿਆ, ਜਾਏ ਮਿਲੇ ਗੁੜ ਕੀੜਿਆਂ, ਰੱਖਣ ਹਾਰਾ ਰੱਖੇ ਲੁਕਾਈ, ਗੁੜ ਜਿੱਥੇ ਮਰਜ਼ੀ ਲੁਕਾ ਕੇ ਰੱਖ ਲਓ, ਕੀੜੀਆਂ ਕੀੜੇ ਲੱਭ ਹੀ ਲੈਂਦੇ ਆ, ਵੀ ਜਿੱਥੇ ਪਿਆ ਉੱਥੇ ਪਹੁੰਚ ਹੀ ਜਾਂਦੇ। ਨਾਮ ਜਪਣ ਵਾਲਿਆਂ ਦੀ ਜਿਹੜੀ ਸ਼ੋਭਾ ਹੁੰਦੀ ਹੈ ਨਾ, ਉਹਨਾਂ ਦੀ ਵਡਿਆਈ ਜਿਹੜੀ ਹੁੰਦੀ ਹੈ ਜਾਂ ਉਹਨਾਂ ਦੀ ਅਵਸਥਾ, ਹਰ ਕਾ ਭਗਤ ਪ੍ਰਗਟ ਨਹਿ ਛਪੈ, ਹਰੀ ਦਾ ਭਗਤ ਪ੍ਰਗਟ ਹੋ ਹੀ ਜਾਂਦਾ, ਲੁਕਿਆਂ ਲੁਕ ਨਹੀਂ ਸਕਦਾ, ਪਰਮੇਸ਼ਰ ਉਹਦੀ ਸ਼ੋਭਾ ਆਪ ਹੀ ਕਰਾ ਦਿੰਦਾ। ਜਿਹੜਾ ਦੱਸਦਾ ਫਿਰਦਾ ਵੀ ਮੈਂ ਆਹ ਕਰਦਾ ਜਾਂ ਇੰਨਾ ਕੁ ਮੇਰੇ ਉੱਤੇ ਆਹ ਹੋਇਆ ਆਹ ਹੋਇਆ, ਉਹ ਤਾਂ ਸਾਧ ਸੰਗਤ ਜੀ ਜਿਨ ਹਰ ਪਾਇਆ ਤਿਨ ਛੁਪਾਇਆ, ਜਾਣਨ ਹਾਰ ਨਾ ਛਾਨਾ ਰੇ, ਉਹ ਛਾਣਦਾ ਨਹੀਂ ਫਿਰਦਾ, ਛਾਨਣੀ ਵਿੱਚ ਲੈ ਕੇ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ ਹਉਮੈ ਦੀ ਛਾਨਣੀ। ਸੋ ਇਸ ਕਰਕੇ ਉਹ ਤਾਂ ਆਪਣੀ ਮੌਜ ਵਿੱਚ, ਆਪਣੀ ਅਵਸਥਾ ਵਿੱਚ
ਮਸਤ ਰਹਿੰਦੇ ਆ। ਸੰਤ ਚੁੱਪ ਕਰਕੇ ਬੋਲੇ ਨਹੀਂ, ਡਾਕਟਰ ਸਾਹਿਬ ਸੁਣਾ ਕੇ ਚੁੱਪ ਕਰ ਗਏ। ਫਿਰ ਡਾਕਟਰ ਸਾਹਿਬ ਕਹਿਣ ਲੱਗੇ ਜੀ ਮੈਂ ਤੁਹਾਡੇ ਸਰੀਰ ਦਾ ਚੈੱਕਅਪ ਕਰਨ ਆਇਆ, ਵੀ ਮਹਾਂਪੁਰਸ਼ਾਂ ਨੂੰ ਉਹਨਾਂ ਦਿਨਾਂ ਵਿੱਚ ਜਲੋਧਰ ਦਾ ਸਰੀਰ ਕਰਕੇ ਰੋਗ ਸੀ ਅਤੇ ਮੈਂ ਚੈੱਕਅਪ ਕਰਨ ਆਇਆ। ਉਹ ਡਾਕਟਰਾਂ ਨੇ ਕੰਨਾਂ ਦੇ ਵਿੱਚ ਲਾ ਕੇ ਡੱਟ ਜੇ ਉਹ ਸਾਰੀ ਛਾਤੀ 'ਤੇ ਲਾ ਕੇ ਉਹ ਮਸ਼ੀਨ ਨਾਲ ਚੈੱਕ ਕਰਦੇ ਆ ਨਾ, ਆਪਣਾ ਬਲੱਡ ਪ੍ਰੈਸ਼ਰ, ਹਾਰਟ ਦੀ ਹਰਕਤ ਸਾਰਾ ਨੋਟ ਕਰਦੇ ਆ। ਜਦੋਂ ਉਹ ਡਾਕਟਰ ਦੀਵਾਨ ਸਿੰਘ ਜੀ ਨੇ ਲਾਈ ਨਾ ਛਾਤੀ ਦੇ ਉੱਤੇ, ਤਾਂ ਸਾਧ ਸੰਗਤ ਜੀ ਰੋਮ ਰੋਮ ਵਿੱਚੋਂ ਵਾਹਿਗੁਰੂ ਨਾਮ ਹੀ ਸੁਣ ਰਿਹਾ ਸੀ ਡਾਕਟਰ ਦੀਵਾਨ ਸਿੰਘ ਜੀ। ਉਹਨੇ ਦੇਖਣ ਵਾਸਤੇ ਕਿ ਇੱਥੇ ਹਿਰਦੇ ਵਿੱਚ ਤਾਂ ਗੁਰਮੁਖਾਂ ਦੇ ਨਾਮ ਚੱਲਦਾ ਹੀ ਹੁੰਦਾ, ਕਈ ਵਾਰੀ ਸੁਣ ਪੈਂਦਾ, ਸਾਰੇ ਸਰੀਰ 'ਤੇ ਲਾਈ, ਸਾਰੇ ਸਰੀਰ 'ਤੇ ਜਿੱਥੇ ਵੀ ਲਾਉਂਦਾ, ਚਰਨਾਂ ਤੋਂ ਲੈ ਕੇ ਮਸਤਕ ਤੱਕ, ਸਰੀਰ ਦਾ ਇੱਕ ਇੰਚ ਵੀ ਇਹੋ ਜਿਹਾ ਥਾਂ ਨਹੀਂ ਜਿੱਥੋਂ ਨਾਮ ਨਹੀਂ ਸੁਣਾਈ ਦਿੰਦਾ। ਰੋਮ ਰੋਮ ਵਿੱਚੋਂ ਕੈਸੀ ਅਵਸਥਾ ਹੈ, ਗੁਰਮੁਖ ਰੋਮ ਰੋਮ ਹਰ ਧਿਆ, ਰੋਮ ਰੋਮ ਹੀ ਮਹਾਂਪੁਰਖਾਂ ਦਾ ਸਿਮਰਨ ਕਰ ਰਿਹਾ। ਡਾਕਟਰ ਦੀਵਾਨ ਸਿੰਘ ਜੀ ਦੇ ਹੱਥ ਜੁੜ ਗਏ, ਕਹਿਣ ਲੱਗੇ ਮਹਾਰਾਜ ਐਡੀ ਵੱਡੀ ਅਵਸਥਾ ਦੇ ਮਾਲਕ ਬਣ ਕੇ ਵੀ ਚੁੱਪ, ਕਿਸੇ ਨੂੰ ਦੱਸ ਨਹੀਂ ਰਹੇ, ਕਿਸੇ ਤੋਂ ਕਿਸੇ ਅੱਗੇ ਆਪਣੀ ਅਵਸਥਾ ਦਾ ਤੁਸੀਂ ਪ੍ਰਗਟਾਵਾ ਨਹੀਂ ਕੀਤਾ, ਇੰਨਾ ਅਜਰ ਜਰਿਆ, ਮੈਨੂੰ ਤਾਂ ਕੇਵਲ ਇੰਜਣ 'ਚੋਂ ਵਾਹਿਗੁਰੂ ਸੁਣਾਈ ਦਿੰਦਾ, ਤਾਂ ਮੈਂ ਤੁਹਾਡੇ ਅੱਗੇ ਦੱਸਣ ਲੱਗ ਗਿਆ। ਮਹਾਂਪੁਰਖ ਕਹਿਣ ਲੱਗੇ ਭਾਈ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਇਹ ਅਜਰ ਜਰਨਾ ਹੈ, ਅਜਰ ਜਰਨਾ ਹੀ ਗੁਰੂ ਸਾਹਿਬ ਨੇ ਸਿਖਾਇਆ। ਕਹੁ ਨਾਨਕ ਅਜਰ ਜਨ ਜਰਿਆ ਤੁਸੀਂ ਕਹੁ ਬਨਾਵ, ਇਉਂ ਭਾਈ ਉਹਨਾਂ ਉੱਤੇ ਦੱਸਦੇ ਹੈ, ਫਿਰ ਉਹਨਾਂ ਉੱਤੇ ਕਿਰਪਾ ਹੁੰਦੀ ਹੈ, ਨਾਮ ਵੀ ਸੁਣਾਈ ਦਿੰਦਾ, ਉਹਨਾਂ ਨੂੰ ਪ੍ਰਕਾਸ਼ ਦੇ ਵੀ ਦਰਸ਼ਨ ਹੁੰਦੇ। ਐਸੀ ਵੀ ਕਿਰਪਾ ਗੁਰਮੁਖਾਂ ਤੋਂ ਸੁਣਿਆ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਇਉਂ ਮਹਾਰਾਜ ਕਹਿੰਦੇ ਜਾਂ ਮੁੱਖ ਵਿੱਚ ਜਾਂ ਹਿਰਦੇ ਵਿੱਚ, ਜੇ ਹਿਰਦੇ 'ਚ ਨਹੀਂ ਨਾਮ ਚੱਲਦਾ ਫਿਰ ਭਾਈ ਜਬਾਨ ਨਾਲ ਵਾਹਿਗੁਰੂ ਵਾਹਿਗੁਰੂ ਕਰ ਲਿਆ ਕਰੋ, ਕਰਦਿਆਂ ਧਰਮ ਦੀ ਕਿਰਤ ਕਰਦਿਆਂ ਕੰਮ ਕਾਰ ਵਿਹਾਰ ਕਰਦਿਆਂ ਰਸਨਾ ਤਾਂ ਵਿਹਲੀ ਹੈ ਨਾ, ਰਸਨਾ ਨੇ ਤਾਂ ਨਿੰਦਿਆ ਚੁਗਲੀ ਕਰਨੀ ਹੈ, ਉਸ ਵੱਲੋਂ ਹਟਾ ਕੇ ਨਾਮ ਜਪ ਲਿਆ ਕਰੋ, ਬਾਣੀ ਪੜ੍ਹ ਲਿਆ ਕਰੋ, ਰਸਨਾ ਸਫਲੀ ਹੋ ਜਾਏਗੀ, ਕਿਰਤ ਵੀ ਸਫਲੀ ਹੋ ਜਾਏਗੀ, ਸਮਾਂ ਵੀ ਸਫਲਾ ਹੋ ਜਾਏਗਾ। ਮਹਾਰਾਜ ਕਹਿੰਦੇ ਭਾਈ ਮੁੱਖ ਤੋਂ, ਮੁੱਖ ਮੈਂ ਕਿਦੋਂ, ਕਿਦੋਂ ਦਾ ਅਰਥ ਹੁੰਦਾ ਜਾਂ ਅਥਵਾ ਹਿਰਦੇ ਵਿੱਚ, ਹਿਰਦੇ ਵਿੱਚ ਵਾਹਿਗੁਰੂ ਦਾ ਨਾਮ, ਉਹਦਾ ਸਿਮਰਨ ਕਰੇ ਕਿਰਤ ਕਰਦਿਆਂ ਹੋਇਆਂ, ਸਦਾ ਸੰਭਾਰੈ ਕਰਤੇ ਕੰਮ, ਕੰਮ ਕਰਦਿਆਂ ਸਦਾ ਹੀ ਇਹ ਗੱਲ ਸੰਭਾਲ ਕੇ ਧਿਆਨ ਪੂਰਵਕ ਚੇਤੇ ਰੱਖਣੀ ਹੈ, ਕਿਰਤ ਕਰਦਿਆਂ ਨਾਮ ਨਾ ਭੁੱਲੇ, ਬਾਣੀ ਨਾ ਭੁੱਲੇ, ਸਿਮਰਨ ਨਾ ਭੁੱਲੇ, ਕਿਰਤ ਕਰਨੀ ਹੈ, ਕੰਮਾਂ ਦੀ ਵੀ ਸੰਭਾਲ ਕਰਨੀ ਹੈ, ਕਾਰੋਬਾਰ ਉੱਜੜਨ ਨਹੀਂ ਦੇਣਾ, ਅਣਗਹਿਲੀ ਨਹੀਂ ਕਰਨੀ, ਉੱਥੇ ਵੀ ਧਿਆਨ ਪੂਰਾ ਦੇ ਕੇ ਰੱਖਣਾ, ਪਰ ਨਾਲ ਨਾਮ ਦੀ ਸੰਭਾਲ ਵੀ ਕਰਨੀ ਹੈ। ਜੇ ਧਿਆਨ ਦੇਣ ਲੱਗ ਪਵੋ ਸਮਾਂ ਵੀ ਸਫਲਾ ਹੋ ਜਾਂਦਾ। ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਸਮਾਂ ਆਪਣੇ ਕੋਲ ਨਾਮ ਜਪਣ ਦਾ ਬਹੁਤ ਹੈ, ਪਰ ਆਪਾਂ ਸੰਭਾਲਦੇ ਨਹੀਂ। ਹਲ ਵਾਹੁਣ ਵਾਲਾ ਹਲ ਵਾਹੀ ਜਾਂਦਾ, ਜਬਾਨ ਤਾਂ ਉਹਦੀ ਵਿਹਲੀ ਹੈ ਨਾ, ਉਹ ਨਾਮ ਜਪ ਲਵੇ,
ਦੁਕਾਨ ਕਰਨ ਵਾਲਾ ਦੁਕਾਨ 'ਤੇ ਜਿੰਨਾ ਚਿਰ ਗਾਹਕ ਨਹੀਂ ਆਉਂਦਾ ਉਨਾ ਚਿਰ ਨਾਮ ਜਪ ਲਏ, ਆਏ ਗਾਹਕ ਨੂੰ ਸੌਦਾ ਦੇ ਕੇ ਫਿਰ ਲੱਗ ਜਾਵੇ। ਕੋਈ ਹੋਰ ਵਪਾਰ ਕਰਦਾ ਇਸੇ ਤਰ੍ਹਾਂ ਹੀ ਜੁਗਤੀ ਹੈ। ਸੋ ਇਉਂ ਸਦਾ ਭਾਈ ਨਾਮ ਦੀ ਸੰਭਾਲ ਕਰੇ, ਜਿਨਹੁ ਨ ਮਨ ਤੇ ਪ੍ਰਭੂ ਵਿਸਾਰਿਓ, ਜਿਨ੍ਹਾਂ ਨੇ ਆਪਣੇ ਮਨ ਵਿੱਚੋਂ ਕਦੇ ਵਾਹਿਗੁਰੂ ਪਰਮੇਸ਼ੁਰ ਨੂੰ ਭੁਲਾਇਆ ਨਹੀਂ, ਸਦਾ ਹੀ ਵਾਹਿਗੁਰੂ ਦਾ ਨਾਮ ਚੇਤੇ ਰੱਖਦੇ ਆ, ਯਾਦ ਰੱਖਦੇ ਆ। ਸਤ ਸੰਗਤ ਮਿਲ ਪੇ ਹਿਤ ਧਾਰਿਓ, ਸਤ ਸੰਗਤ ਦੇ ਵਿੱਚ ਹਮੇਸ਼ਾ ਮਿਲਦੇ ਰਹਿੰਦੇ ਆ। ਸੰਗਤ ਵਿੱਚ ਮਿਲਣ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਹਿੱਤ ਹੈ, ਪ੍ਰੇਮ ਹੈ ਕਿ ਸੰਗਤ ਵਿੱਚ ਜਾਣਾ ਹੀ ਜਾਣਾ, ਸੰਗਤ ਕਰਨੀ ਕਰਨੀ ਹੈ। ਇਹ ਧਾਰਨ ਕੀਤਾ ਹੋਇਆ ਮਨ ਵਿੱਚ ਨਿਰਣਾ ਕਿ ਇਸ ਸੰਗਤ ਦੇ ਵਿੱਚ ਜਦੋਂ ਮਿਲਣਾ ਜਾ ਕੇ ਸੰਗਤ ਵਿੱਚ ਪ੍ਰੇਮ ਵਿੱਚ ਭਿੱਜ ਕੇ ਕੀਰਤਨ ਕਥਾ ਸੁਣਨਾ, ਸੰਗਤ ਵਿੱਚ ਹਾਜ਼ਰੀ ਭਰਨੀ, ਇਉਂ ਸਤਸੰਗਤ ਦੇ ਵਿੱਚ ਜਾ ਕੇ ਜੁੜਨਾ ਹੈ। ਜਥਾ ਸ਼ਕਤ ਨਿਤ ਦੇਤੇ ਦਾਨ, ਫਿਰ ਜਿੰਨੀ ਕੁ ਸ਼ਕਤੀ ਹੈ, ਭਾਵ ਸਮਰੱਥਾ ਹੈ, ਜਿੰਨੀ ਕੁ ਕਮਾਈ ਵਿਵਹਾਰ ਕਾਰੋਬਾਰ ਚੱਲਦਾ ਉਹਦੇ ਵਿੱਚੋਂ ਜਿੰਨਾ ਕੁ ਸਮਰੱਥਾ ਦਿੱਤੀ ਹੈ ਵਾਹਿਗੁਰੂ ਨੇ, ਨਗਨ ਸ਼ੁੱਧਤ ਕੋ ਦੇਖ ਸੁਜਾਨ, ਆਪਣਾ ਦਾਨ ਦੇਵੇ ਗੁਰੂ ਦੇ ਨਿਮਿੱਤ ਦਸਵੰਧ। ਨੰਗੇ ਨੂੰ ਵਸਤਰ ਦੇਣਾ ਕਰੇ, ਭੁੱਖੇ ਨੂੰ ਪ੍ਰਸ਼ਾਦਾ ਛਕਾਵੇ, ਅੰਨ ਦਾ ਦਾਨ ਕਰੇ। ਮਹਾਰਾਜ ਕਹਿੰਦੇ ਇਹ ਦਾਨ ਵੀ ਕਿਰਤ ਵਿੱਚੋਂ ਕਰਨਾ, ਕਦੇ ਪਿੱਛੇ ਨਹੀਂ ਹਟਣਾ। ਜਿਹੜਾ ਇਸ ਤਰ੍ਹਾਂ ਦਾਨ ਦਿੰਦਾ ਹੈ, ਇਹ ਸੇਵਾ ਕਰਦਾ ਹੈ, ਉਹ ਸਭ ਤੋਂ ਸੁਜਾਨ ਸ੍ਰੇਸ਼ਟ ਹੈ, ਉੱਤਮ ਹੈ, ਉਹਦਾ ਜੀਵਨ ਧੰਨਤਾ ਦੇ ਯੋਗ ਹੈ। ਜਿਨ ਜਗ ਮੈਂ ਕਾਜ ਬਣਾਇਓ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਸੰਸਾਰ ਦੇ ਅੰਦਰ ਰਹਿੰਦਿਆਂ ਇਸ ਤਰ੍ਹਾਂ ਦਾ ਜੀਵਨ ਬਣਾ ਲਿਆ, ਇਸ ਤਰ੍ਹਾਂ ਦੇ ਕਾਰਜ ਕਰਦੇ ਆ, ਦਸਾਂ ਨਹੁੰ ਦੀ ਕਿਰਤ ਕਰਦੇ ਆ, ਨਾਮ ਜਪਦੇ ਆ, ਸੰਗਤ ਕਰਦੇ ਆ, ਦਸਵੰਧ ਦੇ ਕੇ ਭੁੱਖਿਆਂ ਨੰਗਿਆਂ ਦੀਆਂ ਲੋੜਾਂ ਪੂਰੀਆਂ ਕਰਦੇ, ਭੁੱਖੇ ਨੂੰ ਅੰਨ ਲੰਗਰ ਪ੍ਰਸ਼ਾਦਾ, ਨੰਗੇ ਨੂੰ ਵਸਤਰ, ਇਹ ਸਾਰੇ ਜਿਨ੍ਹਾਂ ਨੇ ਸੰਸਾਰ ਦੇ ਕੰਮਾਂ ਵਿੱਚ ਲੱਗ ਕੇ ਇਸ ਤਰ੍ਹਾਂ ਦਾ ਆਪਣਾ ਜੀਵਨ ਗੁਜ਼ਾਰਿਆ ਹੈ, ਐਸਾ ਮਹਾਨ ਜੀਵਨ ਨਿਰਭਾ ਕੀਤਾ ਹੈ ਜੀਵਨ ਦਾ, ਲੱਗ ਪਿਛਨ ਨਹਿ ਜਨਮ ਗਵਾਇਓ, ਵਿਕਾਰਾਂ ਵਿੱਚ ਲੱਗ ਕੇ ਆਪਣਾ ਜਨਮ ਐਵੇਂ ਨਹੀਂ ਗਵਾਇਆ। ਮਨੁੱਖਾ ਜੀਵਨ ਅਮੋਲਕ ਹੈ ਸੰਗਤ ਜੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਇੱਕ ਵਾਰੀ ਇਹ ਗੱਲ ਕਹੀ ਕਿ ਭਾਈ ਜਿਹੜਾ ਨਾਮ ਨਹੀਂ ਜਪਦਾ ਉਹ ਵੀ ਪਛਤਾਉਂਦਾ, ਜਿਹੜਾ ਜਪਦਾ ਉਹ ਵੀ ਪਛਤਾਉਂਦਾ। ਉਹਨਾਂ ਨੂੰ ਸਿੱਖ ਨੇ ਪੁੱਛਿਆ ਕਿ ਡਾਕਟਰ ਸਾਹਿਬ ਜਿਹਨੇ ਜਪਿਆ ਨਹੀਂ ਉਹਨੇ ਤਾਂ ਪਛਤਾਉਣਾ ਹੀ ਪਛਤਾਉਣਾ, ਉਹ ਤਾਂ ਪਛਤਾਏਗਾ ਹੀ ਨਾ, ਸਾਰੀ ਜ਼ਿੰਦਗੀ ਪਾਪਾਂ ਵਿੱਚ ਲੱਗ ਕੇ ਗੁਜ਼ਾਰਤੀ, ਪਰ ਜਪਣ ਵਾਲਾ ਕਿਵੇਂ ਪਛਤਾਉਂਦਾ। ਉਹ ਕਹਿਣ ਲੱਗੇ ਜਦੋਂ ਦਰਗਾਹ ਵਿੱਚ ਨਾਮ ਦਾ ਮੁੱਲ ਪੈਂਦਾ ਨਾ, ਨਾਮ ਦੀ ਕੀਮਤ, ਫਿਰ ਉੱਥੇ ਜਾ ਕੇ ਪਛਤਾਤਾਪ ਕਰਦਾ ਕਿ ਜਿਹੜਾ ਇਸ ਜੀਵਨ ਦੇ ਵਿੱਚ ਨਾਮ ਜਪਣ ਤੋਂ ਪਹਿਲਾਂ ਉਮਰ ਐਵੇਂ ਗਵਾ ਲਈ ਨਾ, ਉਹ ਬੜਾ ਵੱਡਾ ਘਾਟਾ ਖਾ ਕੇ ਬੈਠ ਗਏ। ਜੇ ਕਿਤੇ ਉਹ ਬਾਕੀ ਦਾ ਸਮਾਂ ਵੀ ਨਾਮ ਜਪਿਆ ਹੁੰਦਾ ਤਾਂ ਪਤਾ ਨਹੀਂ ਕਿੱਡੀਆਂ ਕੁ ਬਖਸ਼ਿਸ਼ਾਂ ਉਹ ਰਹਿਮਤਾਂ ਨਾਲ ਪਰਮੇਸ਼ੁਰ ਨਵਾਜਦਾ। ਨਾਮ ਦੀ ਭੁੱਖ, ਨਾਮ ਦੀ ਪ੍ਰਤੀਪ ਪ੍ਰੀਤ ਐਸੀ ਮਹਾਨ ਹੈ,
ਵਿਸ਼ਿਆਂ ਵਿੱਚ ਲਾਕੇ ਜਿਨ੍ਹਾਂ ਨੇ ਆਪਣਾ ਜਨਮ ਮਨੁੱਖਾ ਜੀਵਨ ਐਵੇਂ ਅਜਾਈ ਨਿਸਫਲ ਨਹੀਂ ਗਵਾਇਆ ਹੈ। ਵਾਹਿਗੁਰੂ ਕੇ ਸਨਮੁਖ ਸੋਏ, ਉਹ ਭਾਈ ਵਾਹਿਗੁਰੂ ਪਰਮੇਸ਼ਰ ਦੇ ਸਦਾ ਸਨਮੁਖ ਰਹਿੰਦੇ ਆ, ਵਾਹਿਗੁਰੂ ਦੇ ਸਾਹਮਣੇ। ਹੁਣ ਆਪਾਂ ਮਹਾਰਾਜ ਦੇ ਚਰਨਾਂ 'ਚ ਆਈਦਾ, ਹੱਥ ਜੋੜ ਕੇ ਸਾਹਮਣੇ ਖੜੀਦਾ। ਸਤਿਗੁਰੂ ਨੇ ਸਾਨੂੰ ਥਾਂ ਬਖਸ਼ੀ ਆਪਣੇ ਚਰਨਾਂ ਵਿੱਚ, ਅਤੇ ਦਰਗਾਹ ਵਿੱਚ ਵੀ ਇਵੇਂ ਸਾਹਮਣੇ ਖੜ੍ਹੇ ਕਰੇਗਾ, ਕਿਰਪਾ ਔਰ ਬਖਸ਼ਿਸ਼ ਦੇ ਨਾਲ ਨਵਾਜੇਗਾ। ਸਨਮੁਖਣ ਵਾਸਤੇ ਥਾਂ ਸਨਮਾਨਯੋਗ ਸਾਨੂੰ ਪ੍ਰਾਪਤ ਹੋਏਗਾ, ਅਤੇ ਜੇ ਨਾਮ ਹੀ ਨਹੀਂ ਜਪਿਆ ਦਰਗਾਹ ਵਿੱਚ ਕਿੱਥੋਂ ਅੰਦਰ ਹੀ ਨਹੀਂ ਵੜਨ ਦੇਣਾ ਅਗਲਿਆਂ ਨੇ। ਇਸ ਲਈ ਉਹ ਵਾਹਿਗੁਰੂ ਦੇ ਸਨਮੁਖ ਹੁੰਦੇ ਆ ਹਮੇਸ਼ਾ। ਹਰ ਖੈ ਤਨ ਤਜ ਦਰਸ਼ਨ ਹੋਏ, ਉਹਨਾਂ ਨੂੰ ਸਦਾ ਹੀ ਖੁਸ਼ੀਆਂ ਮਿਲਦੀਆਂ। ਇੱਥੇ ਵੀ ਜਦੋਂ ਤਨ ਨੂੰ ਤਿਆਗ ਦਿੰਦੇ ਆ, ਫਿਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹੁੰਦੇ ਆ, ਪਰਮਾਤਮਾ ਦਾ ਮਿਲਾਪ ਉਹਨਾਂ ਨੂੰ ਹੁੰਦਾ ਹੈ ਵਾਹਿਗੁਰੂ ਦੀ ਕਿਰਪਾ ਨਾਲ। ਜਿਨ੍ਹਾਂ ਦੀ ਅਵਸਥਾ ਪੂਰੀ ਹੋ ਜਾਏ ਉਹਨਾਂ ਨੂੰ ਤਾਂ ਇੱਥੇ ਵੀ ਸਾਰੀਆਂ ਬਖਸ਼ਿਸ਼ਾਂ ਪ੍ਰਤੱਖ ਦਰਸ਼ਨਾਂ ਦੀਆਂ ਹੋ ਜਾਂਦੀਆਂ ਹਨ, ਪਰ ਜਿਨ੍ਹਾਂ ਦੀ ਕੋਈ ਕਮੀ ਪੇਸ਼ੀ ਰਹਿ ਜਾਏ ਉਹਨਾਂ ਨੂੰ ਮਹਾਰਾਜ ਸੱਚਖੰਡ ਵਿੱਚ ਦਰਸ਼ਨ ਦੇ ਕੇ ਆਪਣੇ ਕੋਲ ਬਿਠਾ ਲੈਂਦੇ। ਇਉਂ ਭਾਈ ਉਹਨਾਂ ਨੂੰ ਖੁਸ਼ੀਆਂ ਹੀ ਖੁਸ਼ੀਆਂ ਹਨ। ਕਾਜ ਸੁਧਾਰ ਜਾਏ ਪ੍ਰਭ ਮਿਲੇ, ਮਨੁੱਖਾ ਜੀਵਨ ਨੂੰ ਸਫਲਾ ਕਰਕੇ ਉਹ ਵਾਹਿਗੁਰੂ ਨੂੰ ਜਾ ਕੇ ਮਿਲਦੇ ਆ। ਲਹੇ ਅਨੰਦ ਮੁਕਤ ਸੇ ਭਲੇ, ਔਰ ਉਹਨਾਂ ਨੂੰ ਉਹ ਮੁਕਤੀ, ਲਹੇ ਆਨੰਦ ਮੁਕਤ ਸੇ ਭਲੇ, ਉਹ ਜੀਵਨ ਮੁਕਤੀ ਦਾ ਆਨੰਦ ਲੈਂਦੇ ਹੈ, ਔਰ ਸਾਰੇ ਭਲੇ ਚੰਗੇ ਚੰਗੇ ਸੁੱਖ ਲੋਕ ਪ੍ਰਲੋਕ ਦੇ ਉਹਨਾਂ ਨੂੰ ਮਿਲਦੇ ਹਨ, ਜੀਵਨ ਮੁਕਤੀ ਦਾ ਆਨੰਦ ਮਾਣਦੇ ਹੈ, ਅਤੇ ਇੱਥੇ ਰਹਿ ਕੇ ਵੀ ਸੁਖੀ ਜੀਵਨ ਗੁਜ਼ਾਰਦੇ ਹਨ। ਜਿਨ੍ਹੋਂ ਨਾ ਜੱਗ ਮੈਂ ਕਾਜ ਸੁਧਾਰਾ, ਜਿਨ੍ਹਾਂ ਨੇ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਇਹ ਕਾਰਜ ਪੂਰਾ ਨਹੀਂ ਕੀਤਾ, ਜੀਵਨ ਦੇ ਅੰਦਰ ਮਨੁੱਖਾ ਤਨ ਨਹੀਂ ਸਵਾਰਿਆ, ਨਹੀਂ ਗੁਰੂ ਦੇ ਹੁਕਮਾਂ ਦੀ ਪਾਲਣਾ ਕੀਤੀ, ਸੋ ਬੇਮੁਖ ਨਿਤ ਰਹਿ ਦੁਖਾਰਾ, ਉਹ ਗੁਰੂ ਤੋਂ ਪਰਮੇਸ਼ਰ ਤੋਂ ਬੇਮੁਖ ਰਹਿੰਦੇ ਆ ਔਰ ਸਦਾ ਹੀ ਦੁੱਖ ਭੋਗਦੇ ਆ, ਦੁਖੀ ਹੁੰਦੇ ਹਨ। ਸੁਨਤ ਸਮੁੰਦੇ ਜੁਗ ਕਰ ਜੋਰੇ, ਸੁਣ ਕਰਕੇ ਭਾਈ ਸਮੁੰਦੇ ਨੇ ਦੋਨੋਂ ਹੱਥ ਜੋੜੇ ਹਨ। ਕਰੋ ਦਇਆ ਸ਼੍ਰੀ ਗੁਰੂ ਨਿਹੋਰੇ, ਸਤਿਗੁਰੂ ਜੀ ਦੇ ਚਰਨਾਂ ਵੱਲ ਦੇਖ ਕੇ ਬੇਨਤੀ ਕੀਤੀ, ਮਹਾਰਾਜ ਮੇਰੇ ਤੇ ਵੀ ਦਇਆ ਦੀ ਦ੍ਰਿਸ਼ਟੀ ਕਰੋ, ਕਿਰਪਾ ਕਰੋ, ਬਖਸ਼ਿਸ਼ ਕਰੋ, ਹੇ ਗਰੀਬ ਨਵਾਜ, ਮੁਝ ਕੋ ਸਨਮੁਖ ਆਪ ਬਣਾਵੋ, ਮੈਨੂੰ ਵੀ ਆਪਣੇ ਸਨਮੁਖ ਬਣਾ ਲਓ ਮਹਾਰਾਜ, ਮੈਂ ਵੀ ਤੁਹਾਡਾ ਸਨਮੁਖ ਸਿੱਖ ਬਣ ਜਾਵਾਂ, ਇਹ ਕਿਰਪਾ ਮੇਰੇ ਉੱਤੇ ਵੀ ਕਰ ਦਿਓ। ਦੇਹੋ ਤੀਨੋ ਗੁਣ ਕੋ ਬਖਸ਼ਾਵੋ, ਹੇ ਮਹਾਰਾਜ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਤਿੰਨੇ ਗੁਣ ਮਹਾਰਾਜ ਮੈਨੂੰ ਬਖਸ਼ਿਸ਼ ਕਰਕੇ ਬਖਸ਼ ਦਿਓ। ਮਹਾਰਾਜ ਮੈਂ ਅੰਮ੍ਰਿਤ ਵੇਲੇ ਵੀ, ਆਪਣੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ, ਅਰਦਾਸ ਕਰਿਆ ਕਰੋ ਰਾਤ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ, ਮਹਾਰਾਜ ਸਾਡੇ ਕੋਲੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਣਾ, ਸਾਨੂੰ ਆਪ ਹੀ ਉੱਠਣ ਦਾ ਬਲ ਬਖਸ਼ੋ ਮਹਾਰਾਜ। ਫਿਰ ਇਸ਼ਨਾਨ ਕਰਨ ਦੀ ਸਮਰੱਥਾ, ਫਿਰ ਨਾਮ ਜਪਣ ਦੀ, ਬਾਣੀ ਪੜ੍ਹਨ ਦੀ ਸਮਰੱਥਾ, ਇਹ ਬੇਨਤੀਆਂ ਕਰੋ ਆਪਣੇ ਸਤਿਗੁਰੂ ਦੇ ਚਰਨਾਂ ਵਿੱਚ, ਮਹਾਰਾਜ ਆਪੇ ਹੀ ਕਿਰਪਾ ਕਰ ਦਿੰਦੇ ਹੈ, ਬਖਸ਼ਿਸ਼ ਕਰ ਦਿੰਦੇ ਹੈ, ਸਮੇਂ ਨਾਲ ਸਤਿਗੁਰੂ ਸਾਰੀਆਂ ਘਾਟਾਂ ਪੂਰੀਆਂ ਕਰ ਦਿੰਦੇ ਹਨ। ਇਉਂ ਭਾਈ ਗੁਰੂ ਸਾਹਿਬ ਦੇ ਅੱਗੇ ਮਹਾਰਾਜ ਤਿੰਨੇ ਗੁਣ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ,
ਧਰਮ ਦੀ ਕਿਰਤ ਕਰਕੇ ਦਸਵੰਧ ਦਾਨ ਦੇਣਾ। ਇਹ ਤਿੰਨੇ ਦਾਤਾਂ ਮਹਾਰਾਜ ਮੈਨੂੰ ਬਖਸ਼ ਦਿਓ, ਕਿਰਪਾ ਕਰਕੇ ਦਾਤ ਮੰਗੀ ਹੈ। ਗੁਰ ਕੈ ਸਨਮੁਖ ਸਿੱਖ ਹੋਏ ਜਬੈ। ਮਹਾਰਾਜ ਕਹਿੰਦੇ ਭਾਈ ਜਦੋਂ ਸਿੱਖ ਗੁਰੂ ਦੇ ਇਹਨਾਂ ਬਚਨਾਂ ਨੂੰ ਮੰਨ ਲੈਂਦਾ ਨਾ, ਪੂਰਾ ਕਰ ਲੈਂਦਾ, ਫਿਰ ਉਹ ਸਿੱਖ ਗੁਰੂ ਦੇ ਸਾਹਮਣੇ ਹੋਣ ਦੇ ਯੋਗ ਹੋ ਜਾਂਦਾ। ਜੇ ਆਪਾਂ ਇਹ ਬਚਨਾਂ ਦੀ ਕਮਾਈ ਨਹੀਂ ਕਰਾਂਗੇ ਤਾਂ ਸਾਹਮਣੇ ਆਉਣ ਜੋਗੇ ਨਹੀਂ। ਸਾਹਮਣੇ ਆਉਣਾ ਉਦੋਂ ਹੀ ਆਉਣਾ ਸਫਲਾ ਹੈ ਜਦੋਂ ਇਹ ਗੁਣ ਆਪਣੇ ਹਿਰਦੇ ਵਿੱਚ ਵਸ ਜਾਣ, ਕਮਾਈ ਸ਼ੁਰੂ ਹੋ ਜਾਏ, ਫਿਰ ਸਿੱਖ ਗੁਰੂ ਦੇ ਸਾਹਮਣੇ ਵੀ ਆਉਂਦਾ ਹੈ। ਹੋਏ ਆਵਹਿ ਗੁਰ ਕਰੁਣਾ ਤਬੈ। ਤੇ ਗੁਰੂ ਦੇ ਹਿਰਦੇ ਵਿੱਚ ਵੀ ਦਿਆਲਤਾ ਆਉਂਦੀ ਹੈ ਕਿ ਮੇਰਾ ਸਿੱਖ ਮੇਰੇ ਬਚਨ ਮੰਨਦਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਇਸ਼ਨਾਨ ਕਰਦਾ, ਕਿਰਤ ਕਰਕੇ ਦਸਵੰਧ ਦਿੰਦਾ, ਸੰਗਤ ਕਰਦਾ ਹੈ, ਫਿਰ ਗੁਰੂ ਸਾਹਿਬ ਦੇ ਅੰਦਰ ਵੀ ਦਿਆਲਤਾ ਆਉਂਦੀ ਹੈ। ਗੁਰੂ ਸਾਹਿਬ ਤਾਂ ਸਾਧ ਸੰਗਤ ਜੀ ਬਿਨਾਂ ਗੁਣਾਂ ਤੋਂ ਹੀ ਦਿਆਲਤਾ ਕਰੀ ਜਾਂਦੇ ਹੈ। ਇੱਕ ਵਾਰੀ ਵੀ ਕੋਈ ਮੱਥਾ ਟੇਕ ਲਵੇ ਤਾਂ ਵੀ ਤਾਰ ਦਿੰਦੇ ਹੈ, ਇੰਨੇ ਦਿਆਲੂ ਹੈ। ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦਾ ਸਰੂਪ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਪਰ ਫਿਰ ਗੁਰੂ ਸਾਹਿਬ ਦੇ ਅੰਦਰ ਵਿਸ਼ੇਸ਼ ਦਿਆਲਤਾ ਆਉਂਦੀ ਹੈ ਕਿ ਮੇਰਾ ਸਿੱਖ ਹੈ, ਮੇਰੇ ਬਚਨ ਮੰਨਦਾ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬਕਾਰ ਤੇ ਹਟੈ। ਸੋ ਇਉਂ ਭਾਈ ਫਿਰ ਗੁਰੂ ਸਾਹਿਬ ਦੇ ਹਿਰਦੇ ਵਿੱਚ ਦਿਆਲਤਾ ਆ ਜਾਂਦੀ ਹੈ, ਕਿਰਪਾਲਤਾ ਆਉਂਦੀ ਹੈ, ਅਤੇ ਸਿੱਖ ਉੱਤੇ ਮਹਾਰਾਜ ਫਿਰ ਬਖਸ਼ਿਸ਼ਾਂ ਕਰਦੇ ਆ, ਸਿੱਖ ਦੇ ਸਾਰੇ ਦੁੱਖ ਕੱਟ ਦਿੰਦੇ ਹਨ, ਸਿੱਖ ਦੇ ਕਸ਼ਟ ਮੇਟ ਦਿੰਦੇ ਹਨ, ਸਿੱਖ ਨੂੰ ਬਖਸ਼ ਦਿੰਦੇ ਆ, ਸਿੱਖ ਨੂੰ ਨਵਾਜ ਦਿੰਦੇ ਆ। ਤਬੈ ਸਮੁੰਦੇ ਗੁਰ ਬਚਨ ਮੰਨਾ। ਭਾਈ ਸਮੁੰਦੇ ਨੇ ਸਤਿਗੁਰੂ ਜੀ ਦਾ ਬਚਨ ਮੰਨਿਆ, ਜੋ ਹੁਕਮ ਕੀਤਾ ਸੀ ਸੱਚੇ ਪਾਤਸ਼ਾਹ ਨੇ। ਤਿਮ ਹੀ ਕਰਨ ਲੱਗਿਓ ਸ਼ੁਭ ਜਾਨਾ। ਜੋ ਸ਼ੁਭ ਇਹ ਸਿੱਖਿਆ ਸੀ ਉਵੇਂ ਹੀ ਕਰਨ ਲੱਗ ਪਏ, ਜਾਣ ਲਿਆ ਕਿ ਕਰਨ ਵਿੱਚ ਗੁਰੂ ਸਾਹਿਬ ਦੀ ਦਿਆਲਤਾ ਕਿਰਪਾਲਤਾ ਹੋਵੇਗੀ, ਉਵੇਂ ਹੀ ਸਤਿਗੁਰਾਂ ਦੇ ਬਚਨਾਂ ਨੂੰ ਨਿਭਾਉਣ ਲੱਗ ਪਏ ਜੀਵਨ ਵਿੱਚ। ਕੇਤਕ ਦਿਨ ਮੈਂ ਪ੍ਰਾਪਤ ਗਿਆਨਾ। ਕਿੰਨੇ ਦਿਨਾਂ ਵਿੱਚ ਹੀ ਇਹ ਬਚਨ ਕਮਾਉਂਦਿਆਂ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਸਾਧ ਸੰਗਤ ਜੀ ਦੁਨੀਆਂ ਦਾ ਇਤਿਹਾਸ ਪੜ੍ਹ ਲਓ, ਇੰਨਾ ਬ੍ਰਹਮ ਗਿਆਨ, ਵੱਡੇ ਤੋਂ ਵੱਡੇ ਅਵਤਾਰ, ਰਿਸ਼ੀ ਮੁਨੀ, ਪੀਰ ਪੈਗੰਬਰ ਕਿਸੇ ਆਪਣੇ ਸੇਵਕ ਨੂੰ ਨਹੀਂ ਦੇ ਸਕੇ, ਜਿੰਨੀ ਬ੍ਰਹਮ ਗਿਆਨ ਦੀ ਦਾਤ 10 ਗੁਰੂ ਸਾਹਿਬਾਨਾਂ ਨੇ ਸਾਡੇ ਕਲਯੁਗੀ ਜੀਵਾਂ ਨੂੰ ਬਖਸ਼ੀ। ਸੰਗਤ ਜੀ, ਡੱਲਾ ਨਗਰ ਹੈ ਸੁਲਤਾਨਪੁਰ ਸਾਹਿਬ ਕੋਲੇ, ਜਿਸ ਨਗਰ ਵਿੱਚ ਬਾਬਾ ਗੁਰਦਿੱਤਾ ਜੀ ਦੇ ਨਾਨਕੇ ਹੈ, ਇੱਕੋ ਹੀ ਨਗਰ ਦੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਨੇ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ 72 ਬ੍ਰਹਮ ਗਿਆਨੀ ਪੈਦਾ ਕਰਤੇ ਇੱਕੋ ਹੀ ਨਗਰ ਵਿੱਚ, ਇੱਕੋ ਹੀ ਨਗਰ ਵਿੱਚ। ਕਿੱਡੀਆਂ ਵੱਡੀਆਂ ਰਹਿਮਤਾਂ ਹੋਣਗੀਆਂ, ਕਿੱਡੀ ਵੱਡੀ ਬਖਸ਼ਿਸ਼ ਹੋਏਗੀ, ਕਿੱਡੀ ਵੱਡੀ ਦਿਆਲਤਾ ਹੋਏਗੀ। ਕਰਮ ਉਪਾਸ਼ਨਾ ਗਿਆਨ, ਨਾ ਨਿਸ਼ਕਾਮ ਕਰਮ ਹੋਣ, ਨਾ ਉਪਾਸ਼ਨਾ ਹੋਏ, ਨਾ ਹੀ ਗਿਆਨ, ਪਰ ਅਸੀਂ ਤਾਂ ਕੁਝ ਵੀ ਕਰਨ ਜੋਗੇ ਨਹੀਂ, ਫਿਰ ਵੀ ਸੱਚੇ ਪਾਤਸ਼ਾਹ ਨੇ ਨਾਨਕ ਨਦਰੀ ਨਦਰ ਨਿਹਾਲ ਬ੍ਰਹਮ ਗਿਆਨ ਦੀਆਂ ਖੁੱਲੀਆਂ ਦਾਤਾਂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੱਖਾਂ ਨੂੰ ਵੰਡੀਆਂ। ਇੰਨੇ ਬ੍ਰਹਮ ਗਿਆਨੀ ਜਿੰਨੇ ਸਿੱਖ ਧਰਮ ਵਿੱਚ ਹੋਏ ਹੈ, ਕਿਸੇ ਧਰਮ ਵਿੱਚ ਐਡੇ ਐਡੇ ਬ੍ਰਹਮ ਗਿਆਨੀ ਨਹੀਂ ਹੋਏ। ਇਹ ਔਰ ਬ੍ਰਹਮ ਗਿਆਨ ਵੀ ਕਿਹਨਾਂ ਨੂੰ, ਕਿਰਤ ਬਿਰਤ ਘਰਾਂ ਵਿੱਚ
ਹਲ ਵਾਹੁਣ ਵਾਲਿਆਂ ਨੂੰ, ਦੁਕਾਨਾਂ ਕਰਨ ਵਾਲਿਆਂ ਨੂੰ, ਵਪਾਰ ਕਰਨ ਵਾਲਿਆਂ ਨੂੰ, ਨੌਕਰੀਆਂ ਮਿਹਨਤਾਂ ਮਜ਼ਦੂਰੀਆਂ ਕਰਨ ਵਾਲਿਆਂ ਨੂੰ ਬ੍ਰਹਮ ਗਿਆਨ ਦੇ ਖਜ਼ਾਨੇ ਬਖਸ਼ ਦੇ। ਐਡੀ ਵੱਡੀ ਦਿਆਲਤਾ ਮੇਰੇ ਸਤਿਗੁਰਾਂ ਨੇ ਸਾਡੇ ਉੱਤੇ ਕੀਤੀ। ਜੇ ਇੰਨੇ ਦਿਆਲੂ ਸਤਿਗੁਰੂ, ਕਿਰਪਾਲੂ ਸਤਿਗੁਰੂ ਜਾਣ ਕੇ ਆਪਾਂ ਫਿਰ ਵੀ ਗੁਰੂ ਸਾਹਿਬ ਦੇ ਬਚਨ ਨਾ ਮੰਨੀਏ, ਛੋਟੇ ਛੋਟੇ ਜੇ ਬਚਨ, ਕੋਈ ਬਹੁਤੀ ਕਠਿਨ ਕਮਾਈ ਕਰਨ ਵਾਸਤੇ ਨਹੀਂ ਕਿਹਾ, ਕਦੇ ਇਹ ਨਹੀਂ ਕਿਹਾ ਵੀ ਤੁਸੀਂ ਪੁੱਠੇ ਲੱਗ ਕੇ ਦਰਖਤ ਦੇ ਨਾਲ ਲੱਤਾਂ ਉੱਤੇ ਕਰਕੇ ਸਿਰ ਥੱਲੇ ਕਰਕੇ 12 ਸਾਲ ਲਮਕੋ। ਕਿਤੇ ਇਹ ਨਹੀਂ ਕਿਹਾ ਵੀ ਪੰਜ ਆਲੇ ਦੁਆਲੇ ਅੱਗ ਦੀਆਂ ਧੂਣੀਆਂ ਬਾਲ ਕੇ ਲਾਟਾਂ ਬਲਦੀਆਂ ਦੇ ਵਿਚਕਾਰ ਬੈਠ ਕੇ ਸਰੀਰ ਸਾੜੀ ਜਾਓ, ਚਰਬੀ ਢਲ ਢਲ ਕੇ ਸਰੀਰ ਤੋਂ ਬਾਹਰ ਹੋਈ ਜਾਏ। ਕਿਤੇ ਇਹ ਨਹੀਂ ਕਿਹਾ ਪੋਹ ਮਾਘ ਦੇ ਦਿਨਾਂ ਵਿੱਚ ਬਰਫ਼ ਵਰਗਾ ਠੰਡਾ ਠਾਰ ਪਾਣੀ ਸਿਰਾਂ 'ਚ ਪਾਈ ਜਾਓ। ਇੰਨੇ ਕਠਿਨ ਤਪ ਕਰਨ ਵਾਸਤੇ ਵੀ ਨਹੀਂ ਮਹਾਰਾਜ ਜੀ ਨੇ ਕਿਤੇ ਵੀ ਕਿਹਾ ਸਾਨੂੰ। ਸੁਖੈਨ ਜਿਹਾ ਮਾਰਗ ਦਿੱਤਾ, ਸੁਖੈਨ ਸਭ ਤੋਂ ਸੌਖਾ। ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਨਿਤਨੇਮ ਕਰੋ, ਗੁਰੂ ਘਰ ਜਾਓ, ਸੰਗਤ ਕਰੋ, ਫਿਰ ਕਿਰਤ ਬਿਰਤ ਵੀ ਕਰੋ। ਕਿਰਤ ਬਿਰਤ ਵਿੱਚੋਂ ਗੁਰੂ ਦੇ ਨਿਮਿਤ ਦਸਵੰਧ ਦਿਓ, ਭੁੱਖਿਆਂ ਨੂੰ ਲੰਗਰ ਛਕਾਓ, ਨੰਗਿਆਂ ਨੂੰ ਵਸਤਰ ਦਿਓ, ਲੋੜਵੰਦਾਂ ਦੀ ਸੇਵਾ ਕਰੋ, ਸ਼ੁਭ ਗੁਣਾਂ ਦੇ ਸਹਿਤ ਜੀਵਨ ਬਸਰ ਕਰੋ। ਕਿੰਨਾ ਸੁਖੈਨ ਮਹਾਰਾਜ ਜੀ ਨੇ ਸਾਨੂੰ ਰਸਤਾ ਦਿੱਤਾ। ਅਸੀਂ ਇੰਨਾ ਸੌਖਾ ਮਾਰਗ ਪ੍ਰਾਪਤ ਕਰਕੇ ਵੀ ਫਿਰ ਜਿੰਨੀ ਸਾਡੇ ਵਿੱਚ ਢਲਿਆਈ ਆ, ਮੇਰਾ ਖਿਆਲ ਕਿਸੇ ਵਿੱਚ ਇੰਨੀ ਢਲਿਆਈ ਨਹੀਂ। ਆ ਮੁਸਲਮਾਨ ਵੀਰ ਹੈ ਦੁਨੀਆਂ ਵਿੱਚ ਜਿਹੜੇ ਪ੍ਰਪੱਕ ਆਪਣੇ ਧਰਮ ਵਿੱਚ ਹੈ, ਸਾਡੇ ਨਾਲੋਂ ਹਜ਼ਾਰਾਂ ਗੁਣਾ ਵੱਧ ਉਹਨਾਂ ਵਿੱਚ ਪ੍ਰਪੱਕਤਾ ਵੇਖਣ ਨੂੰ ਮਿਲਦੀ ਹੈ। 5 ਨਵਾਜਾਂ ਦਾ ਸਮਾਂ ਨਹੀਂ ਕਦੇ ਖਜਾਉਂਦੇ ਉਹ ਕਦੇ ਵੀ। ਮੈਂ ਅਮੈਰੀਕਾ ਵਿੱਚ ਜਹਾਜ਼ ਵਿੱਚ ਜਾਂਦਿਆਂ ਵੇਖਿਆ, ਕੈਲੀਫੋਰਨੀਆ ਤੋਂ ਨਿਊਯਾਰਕ ਨੂੰ, ਸਾਧ ਸਿੰਘ ਜੀ ਨਵਾਜ਼ ਦਾ ਸਮਾਂ ਹੋ ਗਿਆ, ਮੁਸਲਮਾਨ ਉੱਠਿਆ ਉਸੇ ਵਕਤ ਜਹਾਜ਼ ਦੇ ਵਿਚਕਾਰ ਜਿੱਥੋਂ ਦੀ ਇਹ ਲਾਂਘਾ ਹੁੰਦਾ ਲੰਘਣ ਵਾਸਤੇ, ਉੱਥੇ ਹੀ ਉਹਨੇ ਆਪਣੀ ਸੱਫ ਵਿਛਾਈ, ਉੱਥੇ ਹੀ ਨਮਾਜ਼ ਪੜ੍ਹਨ ਲੱਗ ਪਿਆ। ਕਦੇ 5 ਨਮਾਜ਼ਾਂ ਦਾ ਉਹ ਸਮਾਂ ਨਹੀਂ ਖਜਾਉਂਦੇ। ਹਿੰਦੂ ਵੀਰ ਤ੍ਰੈ ਕਾਲ ਸੰਧਿਆ ਨੂੰ ਕਦੇ ਨਹੀਂ ਖਜਾਉਣਗੇ, ਅੰਮ੍ਰਿਤ ਵੇਲੇ, ਦੁਪਹਿਰੇ, ਸ਼ਾਮ ਨੂੰ। ਆਪਣੇ ਤਾਂ ਗੁਰਦੁਆਰੇ ਵੀ ਕੋਈ ਵਿਰਲਾ ਹੀ ਮੱਥਾ ਟੇਕਣ ਆਉਂਦਾ, ਨਿਤਨੇਮ ਕਰਨ ਵਾਲੇ ਵੀ ਕੋਈ ਵਿਰਲੇ ਹੋਣਗੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸੁਖੈਨ ਮਾਰਗ ਦੱਸਿਆ, ਅਤੇ ਸਭ ਤੋਂ ਵੱਧ ਸਾਡੇ ਵਿੱਚ ਹੀ ਢਲਿਆਈ ਹੈ। ਇਸ ਕਰਕੇ ਆਪਾਂ ਨੂੰ ਗੁਰੂ ਸਾਹਿਬ ਦੇ ਬੜੇ ਸੌਖੇ ਸੌਖੇ ਬਚਨ, ਇੱਕ ਬਚਨ ਮੇਰਾ ਤਾਂ ਇਹ ਨਿਸ਼ਚਾ, ਕੁਝ ਵੀ ਨਾ ਜ਼ਿੰਦਗੀ 'ਚ ਹੋਵੇ ਨਾ ਕੁਝ ਵੀ ਤੁਹਾਡੇ ਕੋਲੋਂ, ਮੰਨ ਲਓ ਤੁਸੀਂ ਬਾਣੀ ਵੀ ਨਹੀਂ ਪੜ੍ਹ ਸਕਦੇ, ਸਿਮਰਨ ਵੀ ਨਹੀਂ, ਦਾਨ ਵੀ ਨਹੀਂ, ਕੁਛ ਨਹੀਂ ਤੁਸੀਂ ਕਰਨਾ, ਤੁਸੀਂ ਸੁਬਹਾ ਇਸ਼ਨਾਨ ਕਰਕੇ ਮਹਾਰਾਜ ਨੂੰ ਆ ਕੇ ਇੱਕ ਵਕਤ ਮੱਥਾ ਹੀ ਟੇਕ ਲਿਆ ਕਰੋ। ਮੱਥਾ ਟੇਕਣ 'ਚ ਤਾਂ ਨਹੀਂ ਕੋਈ ਜ਼ੋਰ ਲੱਗਦਾ, ਸੰਗਤ ਵੀ ਨਹੀਂ ਕਰਨੀ, ਜੀ ਕਰਦਾ ਨਾ ਬੈਠੋ, ਮੱਥਾ ਹੀ ਟੇਕ ਲਓ, ਤਾਂ ਵੀ ਤੁਹਾਡੇ ਭਾਗ ਬਦਲ ਜਾਣਗੇ, ਤੁਹਾਡੇ ਮਾੜੇ ਕਰਮ ਨਾਸ ਹੋ ਜਾਣਗੇ, ਗੁਰੂ ਸਾਹਿਬ ਦੀ ਕਿਰਪਾ ਵਰਤੇਗੀ, ਕਿਤੇ ਨਾ ਕਿਤੇ ਬਖਸ਼ੇ ਜਾਵਾਂਗੇ। ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਆ ਕੇ ਝੁੱਕਿਆ ਨਾ ਸਾਧ ਸੰਗਤ ਜੀ, ਭਾਈ ਮਨੀ ਸਿੰਘ ਜੀ ਨੇ ਗੁਰਬਿਲਾਸ ਵਿੱਚ ਲਿਖਿਆ, ਸੀਸ ਨਵਾਇਆ ਗਿਰ ਪੜੈ ਸਭ ਪਾਪਨ ਕੀ ਪੋਟ, ਤਾਂ ਤੇ ਸੀਸ ਨਵਾਈ ਹੈ ਲੱਗਾ ਨਾ ਜਮ ਕੀ ਚੋਟ।
ਕੇਵਲ ਮੱਥਾ ਟੇਕਣ ਦਾ ਗੁਰੂ ਸਾਹਿਬ ਨੂੰ ਇੰਨਾ ਫਲ ਹੈ ਕਿ ਜੇ ਮੱਥਾ ਹੀ ਟੇਕ ਲਈਏ ਸੱਚੇ ਪਾਤਸ਼ਾਹ ਨੂੰ ਤਾਂ ਪਾਪਾਂ ਦੀਆਂ ਪੰਡਾਂ ਦੀਆਂ ਪੰਡਾਂ ਸਿਰ ਤੋਂ ਭਾਰ ਲੈ ਜਾਂਦਾ ਅਤੇ ਜਮਾਂ ਦੇ ਦੁੱਖ ਨਹੀਂ ਭਾਈ ਸਾਹਿਬ ਕਹਿੰਦੇ ਉਹਨਾਂ ਨੂੰ ਲੱਗਦੇ, ਦਰਗਾਹ ਵਿੱਚ ਸੁਰਖਰੂ ਜਾਂਦੇ ਹੈ। ਐਡਾ ਵੱਡਾ ਮਹਾਤਮ ਇੱਕ ਇੱਕ ਪੱਖ ਦਾ ਝਾੜੂ ਦੇ ਲਓ, ਬਰਤਨ ਮਾਂਜ ਲਓ, ਲੰਗਰ ਵਰਤਾ ਲਓ, ਬਣਾ ਲਓ, ਛਕਾ ਦਿਓ, ਮੱਥਾ ਟੇਕ ਲਓ, ਪ੍ਰਕਰਮਾ ਕਰ ਲਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਮਸਕਾਰ ਕਰਕੇ ਪ੍ਰਕਰਮਾ, ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾ, ਥੋੜ੍ਹੇ ਤੋਂ ਥੋੜ੍ਹਾ ਨਿਯਮ ਕੋਈ ਨਾ ਕੋਈ ਜੀਵਨ ਵਿੱਚ ਬਣਾ ਲਓ। 5 ਮਿੰਟ ਹੀ ਮਹਾਰਾਜ ਦਾ ਨਾਮ ਜਪ ਲਓ, ਨਮਸਕਾਰ ਹੀ ਕਰ ਲਓ, ਕਿਰਤ ਵਿਰਤ ਕਰਦੇ ਬਾਣੀ ਪੜ੍ਹ ਲਿਆ ਕਰੋ। ਇੰਨਾ ਸੌਖਾ ਮਹਾਰਾਜ ਜੀ ਨੇ ਰਸਤਾ ਦਿੱਤਾ ਅਤੇ ਜੇ ਆਪਾਂ ਮਹਾਰਾਜ ਸਾਹਿਬ ਜੀ ਦੇ ਨਾ ਬਚਨਾਂ ਨੂੰ ਨਾ ਮੰਨਿਆ ਤਾਂ ਸਾਡੇ ਨਾਲੋਂ ਫਿਰ ਨਿਭਾਗਾ ਹੋਰ ਕੋਈ ਮਨੁੱਖ ਨਹੀਂ ਹੋ ਸਕਦਾ। ਇਸ ਕਰਕੇ ਭਾਈ ਸਮੁੰਦਾ ਜੀ ਸਤਿਗੁਰੂ ਜੀ ਦੇ ਬਚਨ ਮੰਨਣ ਲੱਗ ਪਏ। ਜਦੋਂ ਬਚਨ ਮੰਨੇ, ਕਮਾਈ ਕੀਤੀ, ਕਮਾਈ ਤੋਂ ਬਿਨਾਂ ਕੁਝ ਨਹੀਂ ਮਿਲਦਾ, ਅਤੇ ਨਾਲ ਹੀ ਮਹਾਰਾਜ ਦੇ ਬਚਨ ਮੰਨਣ ਦੀ ਦੇਰ ਸੀ, ਬ੍ਰਹਮ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਆਖੋ ਵਾਹਿਗੁਰੂ, ਐਡੀ ਵੱਡੀ ਕਿਰਪਾ ਹੋ ਗਈ। ਮਹਾਰਾਜ ਜੀ ਨੇ ਕਿੰਨੇ ਬ੍ਰਹਮ ਗਿਆਨੀ ਸਿੱਖ ਪੈਦਾ ਕਰ ਦਿੱਤੇ ਸੰਸਾਰ ਵਿੱਚ। ਨਹੀਂ ਤਾਂ ਦੇਖ ਲਓ ਸੁਖਮਨੀ ਸਾਹਿਬ ਵਿੱਚ ਆਉਂਦਾ, ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ। ਬ੍ਰਹਮ ਗਿਆਨੀ ਦੇ ਦਰਸ਼ਨਾਂ ਦੀ ਖੋਜ ਵਿੱਚ ਸ਼ੰਕਰ ਭਗਵਾਨ ਲੱਭਦਾ ਫਿਰਦਾ ਕਿ ਮੈਨੂੰ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਜਾਣ। ਬ੍ਰਹਮ ਗਿਆਨੀ ਦੇ ਉਹਨੂੰ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਦੁਰਲੱਭ ਹੋਏ ਪਏ ਹੈ ਅਤੇ ਸਾਡੇ ਸਿੱਖਾਂ ਨੂੰ ਮਹਾਰਾਜ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਨਾਲ ਨਵਾਜਿਆ। ਇਉਂ ਭਾਈ ਸਮੁੰਦੇ ਨੂੰ ਮਹਾਰਾਜ ਜੀ ਨੇ ਬ੍ਰਹਮ ਗਿਆਨ ਦਾ ਦਾਨ ਬਖਸ਼ਿਆ ਹੈ। ਸੁਣਹਿ ਸਦਾ ਜਿਮ ਗੁਰੂ ਬਖਾਨਾ। ਜੋ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਆ ਉਹਨਾਂ ਨੂੰ ਸੁਣ ਕੇ ਉਵੇਂ ਸਦਾ ਕਰਦਾ, ਉਵੇਂ ਕਮਾਉਂਦਾ, ਉਵੇਂ ਆਗਿਆ ਵਿੱਚ ਚੱਲ ਕੇ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ। ਸੰਗਤ ਜੀ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਆਓ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਖਾਂ ਅਤੇ ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਤੁਸੀਂ ਰੋਜ਼ਾਨਾ ਹੋਮ ਹਮਾ ਕੇ ਆਇਆ ਕਰਨਾ। 6 ਜੂਨ ਨੂੰ ਸਾਰਾ ਦਿਨ ਸਾਰੇ ਨਗਰ ਦੀ ਸੰਗਤ, ਇਲਾਕੇ ਦੀ ਸੰਗਤ ਨੇ ਹੁੰਮ ਹਮਾ ਕੇ ਹਾਜ਼ਰੀ ਵੀ ਭਰਨੀ ਹੈ। ਔਰ ਮੈਂ ਤਾਂ ਇਹ ਬੇਨਤੀ ਕਰਾਂਗਾ, ਜਿੱਥੇ ਜਿੱਥੇ ਸਮਾਗਮ ਚੱਲ ਰਹੇ ਹੈ ਸਾਰੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਰੋਜ਼ ਆਇਆ ਕਰੋ, ਕਥਾ ਕੀਰਤਨ ਦੀ ਹਾਜ਼ਰੀ ਭਰਿਆ ਕਰੋ। ਬਹੁਤ ਵੱਡਾ ਫਲ ਹੈ। ਕਣਕ ਦੀਆਂ ਵਾਢੀਆਂ ਹੋ ਚੁੱਕੀਆਂ, ਤੂੜੀ ਆਦਿਕ ਸੰਭਾਲਣ ਵਾਲੀ ਹੈ, ਸੰਭਾਲ ਲਓ। ਦਿਨੇ ਹੋ ਹੀ ਜਾਂਦਾ ਸਾਰਾ ਕੰਮ। ਸ਼ਾਮ ਦੇ ਦੀਵਾਨ ਇਸੇ ਕਰਕੇ ਰੱਖੇ ਆ 7 ਤੋਂ 9, 9:30 ਤੱਕ ਕਿ ਸਮਾਂ ਹੁੰਦਾ ਉਦੋਂ ਆ ਜਾਇਆ ਕਰੋ, ਦੀਵਾਨਾਂ ਵਿੱਚ ਵੱਧ ਚੜ੍ਹ ਕੇ ਕੀਰਤਨ ਕਥਾ ਦਾ ਲਾਹਾ ਲਿਆ ਕਰੋ। ਇਹ ਯਾਦ ਤੁਹਾਡੀ ਹਾਜ਼ਰੀ ਸ਼ਹੀਦਾਂ ਦੇ ਚਰਨਾਂ ਵਿੱਚ, ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗ ਰਹੀ ਹੈ। ਇਹ ਤੁਹਾਡਾ ਸਮਾਂ ਸਫਲਾ ਹੋ ਰਿਹਾ। ਵੱਧ ਚੜ੍ਹ ਕੇ ਇਹਨਾਂ ਸਮਾਗਮਾਂ ਵਿੱਚ ਵੀ ਆਇਆ ਕਰੋ। ਬਾਕੀ ਭਾਈ ਹਰਜਿੰਦਰ ਸਿੰਘ ਜੀ ਜਿਹਨਾਂ ਨੂੰ ਮਹਿਤੇ ਚੌਂਕ ਕਸਬੇ ਦੀ ਮਹਾਰਾਜ ਜੀ ਨੇ, ਸੰਗਤਾਂ ਨੇ, ਚੌਂਕ ਦੀਆਂ ਸੰਗਤਾਂ ਨੇ ਸਰਪੰਚੀ ਦੀ ਸੇਵਾ ਬਖਸ਼ੀ ਆ, ਮਾਣ ਬਖਸ਼ਿਆ। ਇਹਨਾਂ ਵੱਲੋਂ ਇਹਨਾਂ ਦੇ ਸਾਰੇ ਸਹਿਯੋਗੀ ਜਿੰਨੇ ਵੀ ਇਹਨਾਂ ਦੇ ਸਾਥੀ ਹੈ,
ਸ਼ਹੀਦਾਂ ਦੀ ਯਾਦ ਵਿੱਚ ਇਹਨਾਂ ਵੱਲੋਂ 6 ਜੂਨ ਨੂੰ ਵੱਡਾ ਲੰਗਰ ਲਾਇਆ ਜਾਂਦਾ। ਉਸ ਲੰਗਰ ਵਿੱਚ ਤੁਸੀਂ ਸਾਰਾ ਨਗਰ ਵੀ ਆਪਣਾ ਹਿੱਸਾ ਪਾਇਆ ਕਰੋ, ਭਾਵੇਂ ਇੱਕ ਇੱਕ ਕਣਕ ਦਾ ਦਾਣਾ ਹੀ ਪਾ ਦਿਆ ਕਰੋ, ਕਿਣਕਾ ਕਿਣਕਾ ਆਟਾ ਹੀ ਪਾ ਦਿਆ ਕਰੋ, ਦਾਲ ਪਾ ਦਿਆ ਕਰੋ। ਕਿੰਨੀ ਸੰਗਤ ਛਕੇਗੀ, ਸ਼ਹੀਦਾਂ ਦੇ ਮੁੱਖ ਵਿੱਚ ਪਏਗਾ, ਗੁਰੂ ਦੇ ਮੁੱਖ ਵਿੱਚ ਪਏਗਾ, ਤੁਹਾਡੀ ਨੇਕ ਕਮਾਈ ਸਫਲੀ ਹੋਏਗੀ। ਸ਼ਹੀਦਾਂ ਨੇ ਪਵਿੱਤਰ ਖੂਨ ਡੋਲਤਾ ਸਾਡੀ ਖਾਤਰ, ਅਸੀਂ ਉਹਨਾਂ ਦੇ ਜੋੜ ਮੇਲੇ ਨਹੀਂ ਮਨਾ ਸਕਦੇ, ਉਹਨਾਂ ਦੀ ਯਾਦ ਵਿੱਚ ਲੰਗਰ ਜਾਂ ਸੇਵਾ ਨਹੀਂ ਕੋਈ ਕਰ ਸਕਦੇ। ਸਾਡਾ ਇਹ ਫਰਜ਼ ਬਣਦਾ, ਅਸੀਂ ਕੋਈ ਆਸਾਨ ਨਹੀਂ ਕਰਨਾ, ਇਸ ਲਈ ਆਪਣੇ ਫਰਜ਼ ਪੂਰੇ ਕਰਨੇ। ਸ਼ਹੀਦਾਂ ਦੀ ਯਾਦ ਵਿੱਚ ਵੱਧ ਚੜ੍ਹ ਕੇ ਲੰਗਰ ਵਿੱਚ ਤੁਸੀਂ ਸਾਰਿਆਂ ਨੇ ਤਿਲ ਫੁੱਲ ਪਾਉਣਾ ਅਤੇ ਹੱਥੀਂ ਵੀ ਸੇਵਾ ਕਰਨੀ। ਔਰ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਜਿਹੜੇ ਨਸ਼ਿਆਂ ਦਾ ਸੇਵਨ ਕਰਦੇ, ਨਸ਼ਿਆਂ ਦਾ ਤਿਆਗ ਕਰੋ। ਜਿਨ੍ਹਾਂ ਨੇ ਕੇਸ ਕਟਾਏ, ਭਾਈ ਸਾਹਿਬ ਤਸੂਰਤ ਕੇਸ ਰੱਖੋ। ਪੂਰੇ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਕਰੋ। ਮੈਂ ਫਿਰ ਸਾਰੇ ਨਗਰ ਦੀ ਇਲਾਕੇ ਦੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ। ਗੁਰੂ ਘਰ ਦੇ ਗ੍ਰੰਥੀ ਸਾਹਿਬ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਨਗਰ ਪੰਚਾਇਤ ਦਾ ਵੀ ਬਹੁਤ ਬਹੁਤ ਧੰਨਵਾਦ, ਪੱਤਰਕਾਰ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ, ਔਰ ਸਰਦਾਰ ਤੀਰਥ ਸਿੰਘ ਜੀ ਦਾ ਸਮੁੱਚਾ ਹੀ ਪਰਿਵਾਰ ਬੈਠਾ, ਜਿਨ੍ਹਾਂ ਨੇ ਅੱਗੇ ਹੋ ਕੇ ਸਰਦਾਰ ਤਜਿੰਦਰਪਾਲ ਸਿੰਘ ਜੀ ਲਾਡੀ, ਉਹਨਾਂ ਦਾ ਵੀ ਨਗਰ ਇਹੋ ਹੀ ਹੈ। ਹੁਣ ਭਾਵੇਂ ਚੌਂਕ ਵਿੱਚ ਉਹਨਾਂ ਦਾ ਨਿਵਾਸ ਹੈ, ਸੋ ਉਹਨਾਂ ਨੇ ਵੀ ਬੜਾ ਭਾਰੀ ਨਾਲ ਹੋ ਕੇ ਸਹਿਯੋਗ ਦਿੱਤਾ। ਮੈਂ ਸਾਰਿਆਂ ਦਾ ਹੀ ਬਹੁਤ ਧੰਨਵਾਦ ਕਰਦਾ, ਵਿਸ਼ੇਸ਼ ਰੂਪ ਦੇ ਵਿੱਚ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ, ਸਾਰੇ ਪਤਵੰਤਿਆਂ ਦਾ ਨਾਮ ਲੈ ਕੇ ਸਮੁੱਚੇ ਰੂਪ ਵਿੱਚ ਸੰਗਤ ਦਾ ਧੰਨਵਾਦ ਕਰਨਗੇ। ਦਾਸ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨੀ, ਸੰਤ ਬਾਬਾ ਸੁਖਵੰਤ ਸਿੰਘ ਜੀ ਚੰਨਣਕਿਆਂ ਵਾਲੇ, ਬਾਬਾ ਗੁਰਦੀਪ ਸਿੰਘ ਜੀ ਚੰਨਣਕਿਆਂ ਤੋਂ ਅਚੇਚੇ ਤੌਰ 'ਤੇ ਸਮਾਗਮ ਵਿੱਚ ਪਹੁੰਚਿਆ, ਉਹਨਾਂ ਮਹਾਂਪੁਰਖਾਂ ਦਾ ਵੀ ਬਹੁਤ ਬਹੁਤ ਧੰਨਵਾਦ, ਸਾਰਿਆਂ ਦਾ ਹੀ ਧੰਨਵਾਦ। ਦਾਸ ਨੇ ਹੁਣ ਆਗਿਆ ਲੈ ਲੈਣੀ ਹੈ, ਕੁਝ ਜ਼ਰੂਰੀ ਰੁਝੇਵਾਂ ਹੈ। ਸਾਧ ਸੰਗਤ ਜੀ ਹੁਣ ਪ੍ਰਿੰਸੀਪਲ ਸਾਹਿਬ ਕੁਝ ਬੇਨਤੀਆਂ ਕਰਨਗੇ, 5-7 ਮਿੰਟ ਫਿਰ ਅਰਦਾਸ ਹੋਏਗੀ। ਅਰਦਾਸ ਤੋਂ ਉਪਰੰਤ ਤੁਸੀਂ ਸ਼੍ਰੀ ਮੁਖ ਵਾਕ ਸੁਣ ਕੇ ਦੇਗ ਲੈ ਕੇ ਗੁਰੂ ਮਹਾਰਾਜ ਜੀ ਦੇ ਸੁਖਾਸਨ ਤੋਂ ਉਪਰੰਤ ਫਿਰ ਲੰਗਰ ਛਕ ਕੇ ਘਰਾਂ ਨੂੰ ਜਾਣਾ। ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਕੇਤਕ ਦਿਨ ਮੈਂ ਪ੍ਰਾਪਤ ਗਿਆਨਾ, ਸੁਣੈ ਸਦਾ ਜਿਮ ਗੁਰੂ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਪਿਆਰੀ ਸਤਿ ਸੰਗਤ ਜੀਓ।